ਗੁੱਡ ਮਾਰਨਿੰਗ एवरीवन ਆਈ ਐਮ ਸ਼ਰਮ ਮਹਿਤਾ ਆਈ ਵੈਲਕਮ ਯੂ ਆਲ ਓਨ ਦਾ ਆਫੀਸ਼ੀਅਲ ਚੈਨਲ ਆਫ ਐਰੂਡੇਸ਼ਨ ਸਟੱਡਿਸ ਜਿੱਦਾਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਆਪਾਂ ਇਸ ਪਾਰਟिकुलर ਸੈਸ਼ਨ ਦੇ ਵਿੱਚ ਡੇਲੀ ਦੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਨੂੰ ਕਵਰ ਕਰਦੇ ਆਂ ਔਰ ਕਰੰਟ ਅਫੇਅਰ ਸਾਰੇ ਹੀ ਇੰਪੋਰਟੈਂਟ ਐਗਜ਼ਾਮਸ ਦਾ ਪਾਰਟ ਰਹਿੰਦੇ ਨੇ ਰਾਈਟ ਤੇ ਇਸ ਤੋਂ ਬਿਨਾ ਆਪਾਂ ਕੋਈ ਵੀ ਜੋਬ ਓਰੀਐਂਟਡ ਐਗਜ਼ਾਮ ਨੂੰ ਕਲੀਅਰ ਨਹੀਂ ਕਰ ਸਕਦੇ ਇਸ ਲਈ ਇਹ ਵਾਲੇ ਸੈਸ਼ਨ ਤੁਹਾਡੇ ਲਈ ਮੋਸਟ ਇੰਪੋਰਟੈਂਟ ਸੈਸ਼ਨਸ ਹੁੰਦੇ ਆਂ ਤੇ ਇਸ ਤੋਂ ਬਿਨਾ ਤੁਹਾਡੇ ਕਹਿਣ ਦੇ ਉੱਪਰ ਇੱਕ ਨਿਊ ਚੈਨਲ ਨੂੰ ਕ੍ਰੀਏਟ ਕੀਤਾ ਗਿਆ ਹੈ ਜਿਸ ਦਾ ਨਾਮ ਹੈਗਾ ਆ ਜਰਨਲ ਸਟੱਡੀਜ਼ ਵਿਦ ਸ਼ੈਰਨ ਮੈਮ ਓਕੇ ਤਾਂ ਇਸ ਚੈਨਲ ਦੇ ਉੱਪਰ ਕੀ ਹੋਏਗਾ ਦੇਖੋ ਜੋ ਐਡਿਊیشنل ਸਟੱਡੀਜ਼ ਦਾ ਚੈਨਲ ਹੈ ਇਸ ਦੇ ਉੱਪਰ ਸਿਰਫ ਆਪਾਂ ਕਰੰਟ ਅਫੇਅਰਸ ਨੂੰ ਹੀ ਅਪਲੋਡ ਕਰਿਆ ਕਰਾਂਗੇ ਔਰ ਜਿਹੜਾ ਜਰਨਲ ਸਟੱਡੀਜ਼ ਵਾਲਾ ਹੈਗਾ ਇਸ ਦੇ ਵਿੱਚ ਐਕਸੈਪਟ ਕਰੰਟ ਅਫੇਅਰਸ ਯਾਨੀ ਕਿ ਹਿਸਟਰੀ ਪੋਲੀਟੀ ਜੀਓਗ੍ਰਾਫੀ ਇਹ ਸਾਰੇ ਤੇ ਸਾਰੇ ਜੋ ਹੈਗੇ ਨੇ ਨਾ ਇਹ ਸਬਜੈਕਟ ਕਵਰ ਕੀਤੇ ਜਾਣਗੇ ਉਸੇ ਚੈਨਲ ਦੇ ਉੱਪਰ 올 ਰਾਈਟ ਔਰ ਇਸੇ ਚੈਨਲ ਤੇ ਤੁਹਾਨੂੰ ਰੀਜ਼ਨਿੰਗ ਦੇ ਲੈਕਚਰ ਵੀ ਮਿਲਨੇ ਆ ਬਹੁਤ ਹੀ ਇੰਟਰਸਟਿੰਗ ਐਂਡ ਸਿੰਪਲ ਵੇ ਦੇ ਵਿੱਚ ਜਿਹਦੇ ਵਿੱਚ ਤੁਸੀਂ ਬਹੁਤ ਈਜ਼ੀਲੀ ਟਫ ਕਨਸੈਪਟਸ ਨੂੰ ਵੀ ਸਮਝ पाओगे ਤਾਂ ਇਸਤੇ ਲਈ ਜੋ ਚੈਨਲ ਦਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਰਾਈਟ ਤੈਨੂੰ ਤੁਸੀਂ ਜੁਆਇਨ ਕਰ ਲੈਣਾ ਸੋ ਥੈਟ ਕਿ ਜਨਰਲ ਸਟੱਡੀ ਦਾ ਕੋਈ ਵੀ ਜੋ ਚੈਪਟਰ ਹੈ ਤੁਹਾਡੇ ਤੋਂ ਮਿਸ ਨਾ ਹੋਏ ਔਰ ਜਿਸ ਤਰ੍ਹਾਂ ਹੀ ਉਸ ਚੈਨਲ ਦੇ ਉੱਪਰ ਪ੍ਰੋਪਰ ਗ੍ਰੋਥ ਹੋ ਜਾਏਗੀ ਤਾਂ ਫਿਰ ਆਪਾਂ ਐਰੂਡੇਸ਼ਨ ਸਟੱਡੀਜ਼ ਤੇ ਫਿਰ ਸਿਰਫ ਹੀ ਕਰੰਟ ਅਫੇਅਰਸ ਨੂੰ ਹੀ ਅਪਲੋਡ ਕਰਿਆ ਕਰਾਂਗੇ ਸੋ ਥੈਟ ਕਿ ਤੁਹਾਨੂੰ ਦੋਨੋਂ ਹੀ ਚੈਨਲਸ ਨੂੰ ਅਪਰੋਚ ਕਰਨਾ ਈਜ਼ੀ ਹੋ ਜਾਏ ਓਕੇ ਤਾਂ ਫਿਰ ਆਪਾਂ ਸਟਾਰਟ ਕਰਾਂਗੇ ਅੱਜ ਦੇ ਫਰਸਟ ਕੁਐਸਚਨ ਤੋਂ ਵਿਚ ਇੰਡੀਅਨ ਵਾਰਸ਼ਿਪ ਪਾਰਟਿਸਿਪੇਟਿਡ ਇਨ ਰਸ਼ੀਆਸ ਨੇਵੀ ਡੇ ਇਵੈਂਟ ਭਾਰਤ ਦੇ ਕਿਸ ਲੜਾਕੂ ਜਹਾਜ਼ ਨੇ ਰੂਸ ਦੇ ਨੇਵੀ ਦਿਵਸ ਦੇ ਵਿੱਚ ਭਾਗ ਲਿਆ ਤਾਂ ਦੇਖੋ ਜੋ ਆਪਣੇ ਇੰਡੀਆ ਦਾ ਨੇਵਲ ਸ਼ਿਪ ਟਾਬਰ ਹੈ ਉਸਨੇ ਹਾਲ ਹੀ ਦੇ ਵਿੱਚ ਰਸ਼ੀਆ ਦੇ ਜੋ ਇਹਨਾਂ ਦਾ ਨੇਵੀ ਦਿਵਸ ਮਨਾਇਆ ਗਿਆ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਫੇਸਲੇ ਜੋ ਟੈਬਰ ਹੈ ਨਾ ਇਹ ਕਿੱਥੇ ਪਹੁੰਚਾ ਸੀ ਤਾਂ ਇਹ ਪਹੁੰਚਾ ਸੇਂਟ ਪੀਟਰਸਬਰਗ ਵਿੱਚ ਰਾਈਟ ਔਰ ਰਸ਼ੀਆ ਦਾ ਕਿੰਵਾਂ ਜੋ ਨੇਵੀ ਡੇ ਇਸ ਵਾਰੀ ਮਨਾਇਆ ਗਿਆ ਹੈਗਾ ਤਾਂ 325th ਓਕੇ ਤਾਂ ਦੇਖੋ ਜੋ ਆਈਐਨਐਸ ਟੈਬਰ ਹੈ ਨਾ ਇਹ ਤਲਵਾਰ ਕਲਾਸ ਦਾ ਇੱਕ ਸਟੈਲਥ ਵਾਰਸ਼ਿਪ ਹੈਗਾ ਆ ਔਰ ਇਹ ਇੰਡੀਅਨ ਨੇਵੀ ਦੇ ਜੋ ਵੈਸਟਰਨ ਕਮਾਂਡ ਹੈ ਉਸ ਦਾ ਇੱਕ ਹਿੱਸਾ ਹੈਗਾ ਔਰ ਵੈਸਟਰਨ ਕਮਾਂਡ ਮਿਲਨੀ ਕਿੱਥੇ ਹੈ ਇਹ ਮਿਲੇਗਾ ਆਪਾਂ ਨੂੰ ਮੁੰਬਈ ਬੇਸ ਓਕੇ ਤਾਂ ਅਗਰ ਆਪਾਂ ਗੱਲ ਕਰਦੇ ਹਾਂ ਕਿ ਜੋ ਨੈਸ਼ਨਲ ਮੈਰੀਟਾਈਮ ਡੇ ਹੁੰਦਾ ਆ ਇਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਇਹ ਹੋ ਜਾਏਗਾ 5th ਆਫ ਅਪ੍ਰੈਲ ਇਹਨੂੰ ਤੁਸੀਂ ਐਡੀਸ਼ਨਲ ਯਾਦ ਰੱਖ ਸਕਦੇ ਹੋ ਓਕੇ ਤਾਂ ਦੇਖੋ ਅਗਰ ਆਪਾਂ ਕਰੰਟ ਤੇ ਨਾਲ ਰਿਲੇਟ ਕਰਦੇ ਹਾਂ ਤਾਂ ਜੋ ਆਈਐਨਐਸ ਟਾਬਰ ਹੈ ਇਸਨੇ ਇੱਕ ਮਿਲਟਰੀ ਐਕਸਰਸਾਈਜ਼ ਵੀ ਕੀਤੀ ਹੈ ਇਟਾਲੀਅਨ ਨੀਵੀ ਦੇ ਨਾਲ 올 ਰਾਈਟ ਆਫਟਰ 댓 ਆਈਐਨਐਸ ਤਲਵਾਰ ਇੱਕ ਕੀਨੀਆ ਦੀ ਇੱਕ ਜਗ੍ਹਾ ਹੈ ਮੋਂਬਾਸਾ ਉੱਥੇ ਪਹੁੰਚਿਆ ਸੀਗਾ ਕਿਉਂਕਿ ਉੱਥੇ ਇੱਕ ਐਕਸਰਸਾਈਜ਼ ਨੂੰ ਕੰਡਕਟ ਕੀਤਾ ਗਿਆ ਜਿਸ ਦਾ ਨਾਮ ਹੈਗਾ ਕਟਲੈਸ ਐਕਸਪ੍ਰੈਸ 2021 ਓਕੇ ਔਰ ਇਹ ਜੋ ਐਕਸਰਸਾਈਜ਼ ਹੈ ਨਾ ਇਹ ਰੈਗੂਲਰ ਜੋ ਐਨੂਅਲੀ ਐਕਸਰਸਾਈਜ਼ ਹੈ ਯਾਨੀ ਹਰ ਸਾਲ ਹੀ ਹੁੰਦੀ ਹੈ ਔਰ ਇੱਕ ਮੈਰੀਟਾਈਮ ਐਕਸਰਸਾਈਜ਼ ਹੈ ਯਾਨੀ ਕਿ ਸਮੁੰਦਰੀ ਐਕਸਰਸਾਈਜ਼ ਹੈ ਔਰ ਇਹਨੂੰ ਨਾ ਨੈਸ਼ਨਲ ਐਂਡ ਰੀਜਨਲ ਸਮੁੰਦਰੀ ਸਿਕਿਉਰਿਟੀ ਦੇ ਲਈ ਕੰਡਕਟ ਕੀਤਾ ਜਾਂਦਾ ਓਕੇ ਐਂਡ ਸਪੈਸ਼ਲੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜੋ ਈਸਟ ਅਫਰੀਕਾ ਜਾਂ ਫਿਰ ਵੈਸਟਰਨ ਇੰਡੀਆ ਹੈ ਇਹ ਵਾਲਾ ਜੋ ਵੈਸਟਰਨ ਇੰਡੀਅਨ ਓਸ਼ਨ ਵਾਲੀ ਸਾਈਡ ਅਗਰ ਆਪਾਂ ਗੱਲ ਕਰਦੇ ਆ ਤਾਂ 12 ਇਦਾਂ ਦੀਆਂ ਕੰਟਰੀਜ਼ ਹੈ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਕਿਹੜੀਆਂ ਕਿਹੜੀਆਂ ਹੋ ਜਾਣਗੀਆਂ ਜਿਨ੍ਹਾਂ ਨੇ 2021 ਦੇ ਵਿੱਚ ਪਾਰਟਿਸਿਪੇਟ ਕੀਤਾ ਤਾਂ ਇੰਪੋਰਟੈਂਟ ਹੋ ਜਾਣਗੀਆਂ ਯੂ ਐਸ ਏ ਯੂ ਕੇ ਇੰਡੀਆ ਐਂਡ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਓਕੇ ਔਰ ਕੁਝ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਵੀ ਹੈ ਜਿਸ ਤਰ੍ਹਾਂ ਆਈ ਐਮ ਓ ਹੈ ਯੂ ਐਨ ਓ ਡੀ ਸੀ ਹੈ ਇਹਨਾਂ ਨੇ ਵੀ ਇਸ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਓਕੇ ਇਸ ਤੋਂ ਬਾਅਦ ਜੋ ਆਈਐਨਐਸ ਰਾਜਪੂਤ ਹੈ ਇਸ ਨੂੰ ਹਾਲ ਹੀ ਦੇ ਵਿੱਚ ਡੀਕਮਿਸ਼ਨਡ ਕੀਤਾ ਗਿਆ ਯਾਨੀ ਕਿ ਇਹਨੂੰ ਖਤਮ ਕਰ ਦਿੱਤਾ ਗਿਆ ਔਰ ਇਹਨੇ ਟੋਟਲ ਇੰਡੀਅਨ ਨੇਵੀ ਦੇ ਵਿੱਚ 41 ਇਅਰ ਦੀ ਸਰਵਿਸ ਦਿੱਤੀ ਹੈ ਓਕੇ ਔਰ ਇਹ ਵਾਲਾ ਕੁਐਸਚਨ ਇੰਪੋਰਟੈਂਟ ਰਹੇਗਾ ਇੰਡੀਆ ਦਾ ਪਹਿਲਾ ਇੰਡੀਜਿਨਸ ਯਾਨੀ ਕਿ ਪੂਰੀ ਤਰ੍ਹਾਂ ਇੰਡੀਆ ਦੇ ਵਿੱਚ ਪ੍ਰੋਡਕਸ਼ਨ ਕੀਤਾ ਹੋਇਆ 에ਅਰਕ੍ਰਾਫਟ ਕੈਰੀਅਰ ਜਿਸ ਦਾ ਨਾਮ ਹੈ ਆਈਐਨਐਸ ਵਿਕਰਾਂਤ ਠੀਕ ਹੈ ਇਹ ਹੁਣ ਬਸ ਬਣ ਹੀ ਚੁੱਕਿਆ ਆ অলਮੋਸਟ ਔਰ ਇਹਨੂੰ 2022 ਦੇ ਵਿੱਚ ਨਾ ਆਪਣੀ ਇੰਡੀਅਨ ਆਰਮੀ ਦੇ ਵਿੱਚ ਮਿਲਾ ਲਿਆ ਜਾਏਗਾ ਓਕੇ ਕੁਐਸਚਨ ਨੰਬਰ 2 ਮਲੇਸ਼ੀਆ ਹੈਜ਼ ਰਜਿਸਟਰਡ ਵਰਲਡਸ ਫਰਸਟ ਅਫੋਰਡੇਬਲ ਡਰਗ ਫੋਰ ਵਿਚ ਡਿਸੀਜ਼ ਹਾਲ ਹੀ ਦੇ ਵਿੱਚ ਮਲੇਸ਼ੀਆ ਨੇ ਕਿਸ ਬਿਮਾਰੀ ਦੇ ਲਈ ਦੁਨੀਆ ਦੀ ਪਹਿਲੀ ਸਭ ਤੋਂ ਸਸਤੀ ਦਵਾਈ ਨੂੰ ਰਜਿਸਟਰ ਕਰਵਾਇਆ ਹੈ ਕਾ ਮਲੇਸ਼ੀਆ ਨੇ ਦੁਨੀਆ ਦੇ ਸਭ ਤੋਂ ਸਸਤੀ ਔਰ ਇਫੈਕਟਿਵ ਡਰਗ ਨੂੰ ਹਾਲ ਹੀ ਦੇ ਵਿੱਚ ਰਜਿਸਟਰ ਕਰਵਾਇਆ ਔਰ ਇਹ ਜੋ ਡਰਗ ਹੈ ਨਾ ਇਹ ਹੈਪਟਾਇਟਿਸ ਸੀ ਜੋ ਹੈ ਨਾ ਇਸ ਦੇ ਨਾਲ ਲੜਨ ਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰੂਗੀ ਔਰ ਐਸ ਡਰਗ ਦਾ ਇਹਨਾਂ ਨੇ ਨਾਮ ਕੀ ਰੱਖਿਆ ਹੈਗਾ ਤਾਂ ਇਹ ਹੋ ਜਾਏਗੀ ਰਵੀ ਡੈਸ਼ਵਰ ਓਕੇ ਤਾਂ ਦੇਖੋ ਇਹਨੂੰ ਨਾ ਇੱਕ ਹੋਰ ਡਰਗ ਦੇ ਨਾਲ ਮਿਲਾ ਕੇ ਯੂਜ਼ ਕੀਤਾ ਜਾਏਗਾ ਔਰ ਦੂਸਰੀ ਜੋ ਡਰਗ ਹੈ ਉਸ ਦਾ ਨਾਮ ਹੋ ਜਾਏਗਾ ਸੋਵੋਸ ਬਿਊਵਰ ਓਕੇ ਇੰਨਾ ਦੋਨੋਂ ਹੀ ਡਰੱਗਸ ਨੂੰ ਮਿਲਾ ਕੇ ਹੈਪੇਟਾਈਟਿਸ ਸੀ ਦੇ ਨਾਲ ਲੜਨ ਦੇ ਸਮਰੱਥ ਬਣਾਇਆ ਜਾਣਾ ਔਰ ਤੁਹਾਨੂੰ ਪਤਾ ਹੀ ਹੈ ਕੱਲ ਹੀ ਆਪਾਂ ਪੜਿਆ ਸੀ ਕਿ ਜੋ ਹੈ ਵਰਲਡ ਹੈਪੇਟਾਈਟਿਸ ਡੇ ਇਹ ਕਦੋਂ ਮਨਾਇਆ ਜਾਂਦਾ ਹੈ 28th ਆਫ ਜੁਲਾਈ ਨੂੰ 올 ਰਾਈਟ ਐਂਡ ਇਹਦੇ ਵਿੱਚ ਜੋ ਹੈਪੇਟਾਈਟਿਸ ਹੁੰਦੇ ਆ ਮੈਂ ਤੁਹਾਨੂੰ ਦੱਸਿਆ ਸੀ ਕਿ 5 ਟਾਈਪਸ ਆ ਹੁੰਦਾ ਰਾਈਟ देयर ਆਰ A B C D ਐਂਡ E ਓਕੇ ਇੰਨਾ ਦੇ ਵਿੱਚੋਂ ਜੋ B ਐਂਡ C ਐ ਬਹੁਤ ਜ਼ਿਆਦਾ ਡੇਂਜਰਸ ਹੁੰਦਾ ਹੈ ਔਰ ਅਗਰ ਆਪਾਂ ਦੇਖਦੇ ਆ ਕਿ A ਐਂਡ E ਤਾਂ ਇਹ ਸਭ ਤੋਂ ਘੱਟ ਡੇਂਜਰਸ ਮੰਨੇ ਜਾਂਦੇ ਆ ਹੈਪੇਟਾਈਟਿਸ ਦੇ ਵਿੱਚ 올 ਰਾਈਟ ਉਹ ਦੇਖੋ ਜਿਹੜੀ ਹੈਪੇਟਾਈਟਿਸ ਹੈ ਨਾ ਐਂ ਦੇ ਵਿੱਚ ਹਾਲੇ ਤੱਕ ਕੋਈ ਵੀ ਨਾ ਟੀਕਾ ਯਾਨੀ ਕਿ ਕੋਈ ਵੈਕਸੀਨੇਸ਼ਨ ਜੋ ਹੈ ਨਾ ਉਹ ਵਿਕਸਿਤ ਨਹੀਂ ਹੋ ਪਾਈ ਐ ਤੇ ਐਂਦੀਆਂ ਜਿੰਨੀਆਂ ਵੀ ਹੈਪੇਟਾਈਟਿਸ ਸੀ ਦੀਆਂ ਮੈਡੀਸਿਨਸ ਹੁੰਦੀਆਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਇਸ ਕਰਕੇ ਜੋ ਮੀਡਲ ਕਲਾਸ ਦੇ ਲੋਕ ਹੁੰਦੇ ਆ ਨਾ ਇਹਨਾਂ ਨੂੰ ਅਫੋਰਡ ਨਹੀਂ ਕਰ ਪਾਉਂਦੇ ਓਕੇ ਤਾਂ ਇਸੇ ਦੀ ਹੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਜੋ ਮਲੇਸ਼ੀਆ ਹੈ ਇਸ ਨੇ ਇਸ ਦੀ ਸਭ ਤੋਂ ਸਸਤੀ ਦੁਨੀਆ ਦੀ ਦਵਾਈ ਬਣਾਈ ਹੈ ਓਕੇ ਔਰ ਅਗਰ ਆਪਾਂ ਨਾ WHO ਦੀ ਰਿਪੋਰਟ ਨੂੰ ਮੰਨੀਏ ਤਾਂ ਦੇਖੋ ਪੂਰੇ ਵਰਲਡ ਦੇ ਵਿੱਚ ਨਾ ਲਗਭਗ 71 ਮਿਲੀਅਨ ਇਦਾਂ ਦੇ ਲੋਕ ਨੇ ਜਿਹੜੇ ਕਿ ਹੈਪੇਟਾਈਟਸ ਸੀ ਦੇ ਨਾਲ ਗ੍ਰਸਿਤ ਨੇ 올 ਰਾਈਟ ਔਰ ਐਸ ਬਿਮਾਰੀ ਨੂੰ ਨਾ ਅਗਰ ਆਪਾਂ ਦੇਖੀਏ ਬਿਲਕੁਲ ਸਟਾਰਟਿੰਗ ਦੇ ਵਿੱਚ ਪਕੜਿਆ ਜਾ ਸਕਦਾ ਹੈ ਤਾਂ ਦੇਖੋ ਇਹਦੇ ਸਿੰਪਟਮ ਬਹੁਤ ਹੀ ਮਾਮੂਲੀ ਜਿਹੇ ਹੁੰਦੇ ਹੈਗੇ ਆ ਜਿਸ ਕਰਕੇ ਇਹਨੂੰ ਡਾਇਗਨੋਸ ਕਰਨਾ ਬਹੁਤ ਜ਼ਿਆਦਾ ਟਫ ਹੁੰਦਾ ਹੈ ਇਸ ਵਾਸਤੇ ਇਹਨੂੰ ਇੱਕ ਨਾਮ ਦਿੱਤਾ ਜਾਂਦਾ ਹੈ ਸਾਇਲੈਂਟ ਕਿਲਰ ਓਕੇ ਜਿਹੜਾ ਕਿ ਇਹਨੂੰ ਚੁੱਪਚਾਪ ਅੰਦਰ ਹੀ ਅੰਦਰ ਮਾਰਦਾ ਰਹਿੰਦਾ ਹੈ ਓਕੇ ਔਰ ਅਗਰ ਆਪਾਂ ਗੱਲ ਕਰਦੇ ਹਾਂ ਜੋ ਹੈਪੇਟਾਈਟਸ ਸੀ ਹੈ ਇਹ ਕਿਹੜੀ ਐਦਾਂ ਦੀ ਆਪਣੀ ਬਾਡੀ ਪਾਰਟ ਹੈ ਜਿਸ ਨੂੰ ਸਭ ਤੋਂ ਜ਼ਿਆਦਾ ਇਫੈਕਟ ਕਰਦੇ ਨੇ ਪ੍ਰਭਾਵਿਤ ਕਰਦੇ ਹੈ ਤੈ ਹੋ ਜਾਏਗਾ ਲੀਵਰ ਓਕੇ ਤੇ ਲੀਵਰ ਦਾ ਜੋ ਕੈਂਸਰ ਹੁੰਦਾ ਹੈ ਉਹਦਾ ਇਹ ਬਹੁਤ ਵੱਡਾ ਕਾਰਨ ਹੁੰਦੀ ਹੈ ਇਹ ਵਾਲੀ ਜੋ ਬਿਮਾਰੀ ਓਕੇ ਤਾਂ ਐਸੇ ਕਰਕੇ ਜੋ ਡਰੱਗਸ ਹੈ ਨਾ ਮਲੇਸ਼ੀਆ ਦੀ ਇਹ ਹੁਣ ਪੂਰੇ ਵਰਲਡ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਵੀ ਇੰਪੋਰਟੈਂਟ ਹੋ ਜਾਏਗੀ ਜਿਹੜੇ ਕਿ ਐਸ ਬਿਮਾਰੀ ਨੂੰ ਸਿਰਫ ਇਸ ਕਰਕੇ ਝੇਲ ਰਿਹਾ ਕਿਉਂਕਿ ਉਹਨਾਂ ਦੇ ਕੋਲ ਮੈਡੀਸਿਨ ਦੇ ਲਈ ਪੈਸਾ ਪ੍ਰੋਪਰ ਨਹੀਂ ਹੈ ਓਕੇ ਤਾਂ ਹੁਣ ਦੇਖਾਂਗੇ ਆਪਾਂ ਮਲੇਸ਼ੀਆ ਦੀ ਕੈਪੀਟਲ ਕੋਲ ਲੰਪੁਰ ਪੀਐਮ ਹੋ ਜਾਣਗੇ ਮੁਹਿੰਦੀਨ ਯਾਸਿਨ ਕਰੰਸੀ ਹੈ ਰਿੰਗਿਟ ਓਕੇ ਅਗਰ ਆਪਾਂ ਇਹਨੂੰ ਕਰੰਟ ਦੇ ਨਾਲ ਰਿਲੇਟ ਕਰਦੇ ਆ ਤਾਂ ਦੇਖੋ ਇੰਡੀਆ ਦੀ ਨਾ ਪਿਛਲੇ ਹੀ ਮਹੀਨੇ ਸ਼ਾਇਦ ਇੱਕ ਰਿਪੋਰਟ ਆਈ ਸੀ ਪਿਛਲੇ ਮਹੀਨੇ ਜਾਂ ਉਸ ਦੇ ਨਜ਼ਦੀਕ ਹੀ ਕਿਤੇ ਕਿ ਜੋ ਇੰਡੋਨੇਸ਼ੀਆ ਨਾ ਸਭ ਤੋਂ ਵੱਡਾ ਆਪਣਾ ਐਕਸਪੋਰਟਰ ਸੀਗਾ ਪਾਮ ਕਰੂਡ ਆਇਲ ਦੇ ਵਿੱਚ ਠੀਕ ਹੈ ਯਾਨੀ ਆਪਾਂ ਸਭ ਤੋਂ ਜ਼ਿਆਦਾ ਜੋ ਕਰੂਡ ਪਾਮ ਆਇਲ ਹੈ ਉੱਥੋਂ ਹੀ ਮੰਗਵਾਂਦੇ ਸੀ ਪਰ ਜੋ ਮਲੇਸ਼ੀਆ ਹੁਣ ਨੇ ਇੰਡੋਨੇਸ਼ੀਆ ਨੂੰ ਪਿੱਛੇ ਛੋੜ ਦਿੱਤਾ ਹੈ ਔਰ ਇੰਡੀਆ ਦੇ ਲਈ ਸਭ ਤੋਂ ਵੱਡਾ ਐਕਸਪੋਰਟਰ ਬਣ ਗਿਆ ਕਰੂਡ ਪਾਮ ਦਾ ਓਕੇ ਆਫਟਰ दैट ਜੋ ਮਲੇਸ਼ੀਆ ਇਸ ਨੇ ਹੋਸਟ ਕੀਤੀ ਐਪੈਕ ਦੀ ਮੀਟਿੰਗ ਯਾਨੀ ਕਿ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਓਕੇ ਔਰ ਇਹ ਜੋ 2020 ਦੀ ਮੀਟਿੰਗ ਹੋਈ ਸੀ ਇਹ ਮਲੇਸ਼ੀਆ ਦੇ ਵਿੱਚ ਹੀ ਕਰਵਾਈ ਗਈ ਗਵਰਨਮੈਂਟ ਆਫ ਇੰਡੀਆ ਨੇ 5 ਇਅਰ ਦਾ ਇੱਕ ਨਾ ਡਿਊਟੀ ਲਗਾਈ ਹੈ ਐਂਟੀ ਡੰਪਿੰਗ ਡਿਊਟੀ ਓਕੇ ਕਿਸ ਪ੍ਰੋਡਕਟ ਦੇ ਉੱਪਰ ਤਾਂ ਜੋ ਮਲੇਸ਼ੀਆ ਤੋਂ ਇਲੈਕਟ੍ਰੋਨਿਕ ਕੈਲਕੂਲੇਟਰ ਆਉਂਦੇ ਆ ਨਾ ਉਸ ਦੇ ਉੱਪਰ ਲਗਾਈ ਗਈ ਹੈ ਤਾਂ ਕਿ ਇਹਦਾ ਜੋ ਰੇਟ ਹੈ ਥੋੜਾ ਜਿਹਾ ਵੱਧ ਸਕੇ ਇੰਡੀਆ ਦੇ ਵਿੱਚ ਤਾਂ ਇਹ ਕਿਉਂ ਕੀਤਾ ਗਿਆ ਤਾਂ ਕਿ ਜੋ ਡੋਮੈਸਟਿਕ ਪਲੇਅਰਸ ਹੈਗੇ ਆ ਜੋ ਆਪਣੇ ਇੰਡੀਆ ਦੇ ਵਿੱਚ ਹੀ ਪ੍ਰੋਡਕਸ਼ਨ ਕਰਦੇ ਆ ਕੈਲਕੂਲੇਟਰਸ ਦੀ ਉਹਨਾਂ ਤੋਂ ਸਸਤੀ ਅਗਰ ਇੱਥੇ ਕੋਈ ਚੀਜ਼ ਆਏਗੀ ਤਾਂ ਉਹਨਾਂ ਦੀ ਚੀਜ਼ ਤਾਂ ਫਿਰ ਆਪਾਂ ਖਰੀਦਾਂਗੇ ਨਹੀਂ ਹੈਨਾ ਇਸੇ ਕਰਕੇ ਉਹਨਾਂ ਦੀ ਜੋ ਮਾਰਕੀਟ ਹੈ ਉਹਨੂੰ ਬਚਾਉਣ ਦੇ ਲਈ ਇੰਡੀਆ ਨੇ ਇਹ ਵਾਲੀ ਜੋ ਡਿਊਟੀ ਹੈ ਇਸ ਦੇ ਉੱਪਰ ਲਗਾਈ ਹੈ ਕੈਲਕੂਲੇਟਰ ਦੇ ਉੱਪਰ ਓਕੇ ਹਾਂਜੀ ਦਿਨ ਕੁਐਸਚਨ ਨੰਬਰ 3 ਵਿਚ ਇੰਸਟੀਟਿਊਟ ਹਾਸ ਬੀਨ 기ਵਨ ਦ ਸਟੇਟਸ ਆਫ ਇੰਸਟੀਟਿਊਟ ਆਫ ਨੈਸ਼ਨਲ ਇੰਪੋਰਟੈਂਸ ਇਹ ਵਾਲੀ ਕੁਐਸਚਨ ਇੰਪੋਰਟੈਂਟ ਹੋਊਗਾ ਦੇਖੋ ਕਿਸ ਇੰਸਟੀਟਿਊਟ ਨੂੰ ਰਾਸ਼ਟਰੀ ਮਹੱਤਵ ਦੇ ਇੰਸਟੀਟਿਊਟ ਵਜੋਂ ਘੋਸ਼ਿਤ ਕੀਤਾ ਗਿਆ ਹੈ ਤਾਂ ਇਸ ਪਾਰਟिकुलर ਕੁਐਸਚਨ ਦਾ ਆਨਸਰ ਹੋ ਜਾਏਗਾ ਬੋਥ ਯਾਨੀ ਕਿ ਜੋ ਨੈਸ਼ਨਲ ਇੰਸਟੀਟਿਊਟਸ ਫੋਰ ਫੂਡ ਐਂਡ ਟੈਕਨੋਲੋਜੀ ਜੋ ਕਿ ਕੁੰਡਲੀ ਹਰਿਆਣਾ ਵਿੱਚ ਮਿਲੇਗਾ ਐਂਡ ਨੈਸ਼ਨਲ ਇੰਸਟੀਚਿਊਟ ਆਫ ਫੂਡ ਐਂਡ ਟੈਕਨੋਲੋਜੀ ਜੋ ਕਿ ਤਾਮਿਲਨਾਡੂ ਦੇ ਥੰਜਾਵਰ ਜਗ੍ਹਾ ਤੇ ਮਿਲਣਾ ਇਹਨਾਂ ਦੋਨਾਂ ਨੂੰ ਹੀ ਨਾ ਹਾਲ ਹੀ ਦੇ ਵਿੱਚ ਰਾਸ਼ਟਰੀ ਮਹੱਤਵ ਦੇ ਇੰਸਟੀਚਿਊਟ ਦੇ ਵਜੋਂ ਘੋਸ਼ਿਤ ਕੀਤਾ ਗਿਆ ਓਕੇ ਤਾਂ ਦੇਖੋ ਜੋ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰੀ ਹੈ ਤਾਂ ਨੂੰ ਪਤਾ ਹੀ ਹੈ ਕਿ ਇਹ ਵਾਲਾ ਚਾਰਜ ਕਿੰਨਾ ਦੇ ਕੋਲ ਹੈਗਾ ਤਾਂ ਇਹ ਮਿਲੇਗਾ ਆਪਾਂ ਨੂੰ ਪ੍ਰਕਾਸ਼ ਜਾਵੇਦਕਰ ਜੀ ਕੋਲ ਓਕੇ ਇਹਨਾਂ ਨੇ ਹਾਲ ਹੀ ਦੇ ਵਿੱਚ ਇਹ ਵਾਲੀ ਅਨਾਉਂਸਮੈਂਟ ਕੀਤੀ ਹੈ ਕਿ 2019 ਦਾ ਨਾ ਇੱਕ ਬਿਲ ਆ ਰਿਹਾ ਹੈ ਕਿਹੜੇ ਵਾਲਾ ਨੈਸ਼ਨਲ ਇੰਸਟੀਚਿਊਟ ਆਫ ਫੂਡ ਐਂਡ ਟੈਕਨੋਲੋਜੀ ਐਂਟਰਪ੍ਰੀਨਰਸ਼ਿਪ ਐਂਡ ਮੈਨੇਜਮੈਂਟ ਬਿਲ ਓਕੇ ਤਾਂ ਇਸੇ ਵਿੱਚ ਨਾ ਅਮੈਂਡਮੈਂਟ ਕੀਤੀ ਗਈ ਹੈ ਇਸੇ ਅਮੈਂਡਮੈਂਟ ਦੇ ਅੰਡਰ ਹੀ ਇਹਨਾਂ ਦੋਨੋਂ ਹੀ ਟੈਕਨੋਲੋਜੀ ਇੰਸਟੀਚੂਟਸ ਨੂੰ ਨੈਸ਼ਨਲ ਇੰਸਟੀਚਿਊਟ ਵਜੋਂ ਘੋਸ਼ਿਤ ਕੀਤਾ ਗਿਆ ਓਕੇ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਜੋ ਨੈਸ਼ਨਲ ਡੋਲਫਿਨ ਰਿਸਰਚ ਇੰਸਟੀਚਿਊਟ ਹੈ ਇਸ ਨੂੰ ਪ੍ਰਪੋਜ਼ ਕੀਤਾ ਗਿਆ ਕਿ ਪਟਨਾ ਦੇ ਵਿੱਚ ਇਹਨੂੰ ਐਸਟੈਬਲਿਸ਼ ਕੀਤਾ ਜਾਣਾ ਆਫਟਰ ਦੈਟ ਜੋ ਵੈਸਟ ਬੰਗਾਲ ਹੈ ਇਸਨੇ ਅਪਰੂਵ ਕੀਤਾ ਸਟੂਡੈਂਟ ਕ੍ਰੈਡਿਟ ਕਾਰਡ ਸਕੀਮ ਇਸ ਦੇ ਵਿੱਚ ਜਿੰਨੇ ਵੀ ਵੈਸਟ ਬੰਗਾਲ ਦੇ ਸਟੂਡੈਂਟਸ ਹੈ ਉਹਨਾਂ ਨੂੰ 10 ਲੱਖ ਤੱਕ ਦਾ ਲੋਨ ਪ੍ਰੋਵਾਈਡ ਕੀਤਾ ਜਾਏਗਾ ਗਵਰਨਮੈਂਟ ਆਫ ਵੈਸਟ ਬੰਗਾਲ ਵੱਲੋਂ ਕਿਸ ਦੇ ਲਈ ਤਾਂ ਕਿ ਉਹ ਆਪਣੇ ਹਾਇਰ ਸਟੱਡੀ ਨੂੰ ਕੰਟੀਨਿਊ ਕਰ ਸਕਣ ਆਈਆਈਟੀ ਖੜਕਪੁਰ ਨੇ ਡਵੈਲਪ ਕੀਤਾ ਵੈਦਰ ਫੋਕਸ ਸਿਸਟਮ ਐਂਡ ਇਹ ਇੰਪੋਰਟੈਂਟ ਰਹੇਗਾ ਜੋ ਆਈਆਈਟੀ ਰੋਪੜ ਹੈ ਇਸਨੇ ਡਿਵੈਲਪ ਕੀਤਾ ਆਕਸੀਜਨ ਰੈਸ਼ਨਿੰਗ ਡਿਵਾਈਸ ਜਿਸ ਦਾ ਨਾਮ ਰੱਖਿਆ ਗਿਆ ਐਮਲੈਕਸ ਇਸ ਦਾ ਕੰਮ ਕੀ ਹੋਏਗਾ ਕਿ ਜੋ ਆਕਸੀਜਨ ਦੇ ਸਿਲੰਡਰ ਹੁੰਦੇ ਆ ਉਹਨਾਂ ਦੀ ਲਾਈਫ ਨੂੰ 3 ਟਾਈਮ ਕਰ ਦਿੱਤਾ ਜਾਏਗਾ ਇਹਦੇ ਨਾਲ ਓਕੇ ਆਈਆਈਟੀ ਰੋਪੜ ਨੇ ਹੀ ਜੀਵਨ ਵਾਯੂ ਫ੍ਰੀ ਸੀਪੀਏਪੀ ਮਸ਼ੀਨ ਯਾਨੀ ਕਿ ਕੰਟੀਨਿਊਸ ਪੋਜ਼ਿਟਿਵ 에ਅਰਵੇ ਪ੍ਰੈਸ਼ਰ ਮਸ਼ੀਨ ਜੋ ਹੈ ਇਸ ਨੂੰ ਵੀ ਡਿਵੈਲਪ ਕੀਤਾ ਆਈਆਈਟੀ ਡੈਲੀ ਪਹਿਲਾ ਐਦਾਂ ਦਾ ਇੰਸਟੀਚਿਊਟ ਬਣਿਆ ਜਿਸ ਨੇ ਕਿ ਕਾਰਬਨ ਫੂਟਪ੍ਰਿੰਟਸ ਨੂੰ 50% ਤੋਂ ਵੀ ਜ਼ਿਆਦਾ ਕਟਾ ਦਿੱਤਾ ਹੈ ਠੀਕ ਹੈ ਆਈਆਈਟੀ ਡੈਲੀ ਜੋ ਹੈ ਇਸਨੇ ਇੱਕ ਰੈਪਿਡ ਐਂਟੀਜਨ ਟੈਸਟ ਕਿਟ ਜੋ ਹੈ ਜੋ ਕਿ ਕੋਵਿਡ ਦੀ ਟੈਸਟ ਕਿਟ ਹੋਏਗੀ ਇਸ ਨੂੰ ਡਵੈਲਪ ਕੀਤਾ ਆਈਆਈਐਸਸੀ ਬੈਂਗਲੁਰੂ ਇਸਨੇ ਡਵੈਲਪ ਕੀਤਾ ਹੀਟ ਟੋਲਰੈਂਟ ਕੋਵਿਡ ਵੈਕਸੀਨ ਯਾਨੀ ਕਿ ਐਦਾਂ ਦੀ ਵੈਕਸੀਨ ਕੋਵਿਡ ਦੀ ਜੋ ਕਿ ਗਰਮ ਜਗ੍ਹਾ ਤੇ ਗਰਮ ਤਾਪਮਾਨ ਦੇ ਵਿੱਚ ਵੀ ਰੱਖੀ ਜਾ ਸਕਦੀ ਹੈ ਓਕੇ ਜੋ ਆਈਆਈਟੀ ਹਾਈਦਰਾਬਾਦ ਹੈ ਇਸਨੇ ਡਵੈਲਪ ਕੀਤੀ ਕੋਵੀ ਹੋਮ ਨਾਮ ਦੀ ਇੱਕ ਟੈਸਟ ਕਿਟ ਜਿਸ ਨੂੰ ਕੀ ਘਰ ਦੇ ਵਿੱਚ ਹੀ ਟੈਸਟ ਕੀਤਾ ਜਾ ਸਕੇਗਾ রাইਟ ਔਰ ਇਹਦੇ ਜੋ ਰਿਜ਼ਲਟ ਹੈ ਨਾ 30 ਮਿੰਟ ਦੇ ਅੰਦਰ ਅੰਦਰ ਮਿਲ ਵੀ ਜਾਣਗੇ ਆਈਆਈਟੀ ਗੁਵਾਹਾਟੀ ਨੇ 스마트 ਵਿੰਡੋ ਮਟੀਰੀਅਲ ਨੂੰ ਜੋ ਹੈ ਡਵੈਲਪ ਕੀਤਾ ਓਕੇ ਕੁਐਸਚਨ ਨੰਬਰ 4 ਦ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਵਿਲ ਸੈਟ ਅਪ ਫਰਸਟ ਨਾਰਥ ਈਸ ਸੈਂਟਰ ਆਫ ਐਕਸਲੈਂਸ ਇਨ ਵਿਚ ਸਟੇਟ ਜੋ ਸਾਇੰਸ ਤੇ ਟੈਕਨੋਲੋਜੀ ਦਾ ਮੰਤਰਾਲਾ ਹੈਗਾ ਇੰਨੇ ਆਪਣੇ ਉੱਤਰ ਪੂਰਬੀ ਭਾਰਤ ਦੇ ਵਿੱਚ ਨਾ ਇੱਕ ਸੈਂਟਰ ਆਫ ਐਕਸਲੈਂਸ ਖੋਲਣ ਦਾ ਐਲਾਨ ਕੀਤਾ ਹੈ ਆਪਾਂ ਦੱਸਨੇ ਕਿ ਕਿਹੜੀ ਜਗ੍ਹਾ ਤੇ ਖੋਲਿਆ ਜਾਏਗਾ ਓਕੇ ਤਾਂ ਦੇਖੋ ਇਹ ਸੈਂਟਰ ਆਫ ਐਕਸਲੈਂਸ ਨੂੰ ਨਾ ਇੱਕ ਪ੍ਰੋਪਰ ਜਗ੍ਹਾ ਹੈ ਕਿਮਿਨ ਓਕੇ ਇਹ ਵਾਲਾ ਇੱਕ ਵਿਲੇਜ ਹੈ ਜਿੱਥੇ ਖੋਲਿਆ ਜਾਣਾ ਹੈ ਔਰ ਇਹ ਮਿਲੇਗਾ ਕਿਹੜੇ ਡਿਸਟ੍ਰਿਕਟ ਦੇ ਵਿੱਚ ਤਾਂ ਇਹ ਹੋ ਜਾਏਗਾ ਪਾਪੂਮਪਾਰੇ ਡਿਸਟ੍ਰਿਕਟ ਔਰ ਇਹ ਵਾਲਾ ਡਿਸਟ੍ਰਿਕਟ ਤੁਹਾਨੂੰ ਮਿਲੇਗਾ ਨਾਰਥ-ਈਸਟਰਨ ਸਟੇਟ ਅਰੁਣਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਇਹਨੂੰ ਖੋਲਿਆ ਕਿਸ ਲਈ ਜਾ ਰਿਹਾ ਹੈ ਤਾਂ ਕਿ ਜੋ ਬਾਇਓ ਰਿਸੋਰਸਸ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾ ਸਕੇ ਔਰ ਜੋ ਸਸਟੇਨੇਬਲ ਡਵੈਲਪਮੈਂਟ ਹੈ ਇਸ ਦੇ ਗੋਲ ਨੂੰ ਪੂਰਾ ਕੀਤਾ ਜਾ ਸਕੇ ਓਕੇ ਔਰ ਇਹਦਾ ਇਨਫਰਾਸਟ੍ਰਕਚਰ ਐਂਡ ਬਿਲਡਿੰਗ ਦਾ ਕਮ ਆਲਮੋਸਟ ਕੰਪਲੀਟ ਹੋ ਚੁੱਕਿਆ ਹੈ ਤੇ ਜਲਦੀ ਹੀ ਇਹਨੂੰ ਫਿਰ ਫੰਕਸ਼ਨਲ ਵੀ ਕਰ ਦਿੱਤਾ ਜਾਏਗਾ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਇਟਾ ਨਗਰ ਗਵਰਨਰ ਬੀਡੀ ਮਿਸ਼ਰਾ ਸੀਐਮ ਪੇਮਾ ਖਾਂਡੂ ਓਕੇ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਜੋ ਅਫਰੀਕਨ ਸਵਾਈਨ ਫਲੂ ਹੈ ਇਸਨੇ ਨਾਰਥ-ਈਸਟ ਦੇ ਵਿੱਚ ਬਹੁਤ ਤਬਾਹੀ ਮਚਾਈ ਲਾਸਟ ਟਾਈਮ ਦੇ ਵਿੱਚ ਇਹਦੇ ਵਿੱਚ ਮਿਜ਼ੋਰਮ ਦੇ ਵਿੱਚ 1700 ਪਿਕਸ ਦੀ ਡੈਥ ਹੋਈ ਹੈ ਔਰ ਮੇਘਾਲਿਆ ਦੇ ਵਿੱਚ 300 ਪਿਕਸ ਦੀ ਡੈਥ ਹੋਈ ਹੈ ਓਕੇ ਔਰ ਬੁਹਾਗ ਬੀਹੋ ਨਾਮ ਦਾ ਇੱਕ ਬਰਡ ਹੈ ਜੋ ਕਿ ਅਸਾਮ ਦੇ ਵਿੱਚ ਮਿਲਦਾ ਹੈ ਓਕੇ ਔਰ ਇਹਦੀ ਨਾ ਕਾਊਂਟਿੰਗ ਸਟਾਰਟ ਕੀਤੀ ਗਈ ਹੈ ਪਹਿਲੀ ਵਾਰੀ ਰਾਈਟ ਔਰ ਇਹਨੂੰ ਕਿੰਦੇ ਵੱਲੋਂ ਕਾਊਂਟ ਕੀਤਾ ਜਾ ਰਿਹਾ ਹੈ ਤਾਂ ਬਰਡ ਕਾਊਂਟ ਆਫ ਇੰਡੀਆ ਵੱਲੋਂ 올 ਰਾਈਟ ਆਫਟਰ ਦੈਟ ਜੋ ਆਪਣੀ ਹੋਮ ਅਫੇਅਰ ਮਿਨਿਸਟਰੀ ਹੈ ਐਂਡ ਦੇ ਕੋਨ ਹੈਗੇ ਆ ਮਿਨਿਸਟਰ ਅਮਿਤ ਸ਼ਾ ਇਹਨਾਂ ਨੇ ਲਾਂਚ ਕੀਤਾ ਕੱਲ ਪਰਸੋ ਦੇ ਵਿੱਚ ਹੀ ਸੋਹਰਾ ਵਾਟਰ ਸਪਲਾਈ ਸਕੀਮ ਓਕੇ ਉਹਨਾਂ ਨੂੰ ਚੀਰਾਪੁੰਜੀ ਦੇ ਵਿੱਚ ਲਾਂਚ ਕੀਤਾ ਗਿਆ ਦੈਨ ਜੋ ਮਿਜ਼ੋਰਮ ਹੈ ਇਸਨੇ ਕੈਸ਼ ਰਿਵਾਰਡ ਅਨਾਉਂਸ ਕੀਤਾ ਸੀਗਾ ਕਿਨਾਂ ਦੇ ਲਈ ਜਿਹੜੀਆਂ ਫੈਮਲੀਆਂ ਦੇ ਕੋਲੋਂ ਜ਼ਿਆਦਾ ਬੱਚੇ ਹੋਣਗੇ ਯੈਸ ਆਈ ਏਮ ਸੇਇੰਗ ਇਟ ਰਾਈਟ ਜਿਨੇ ਕੋਲੋਂ ਜ਼ਿਆਦਾ ਬੱਚੇ ਹੋਣਗੇ ਓਕੇ ਐਂਡ ਦੇ ਲਈ ਇਹਨਾਂ ਨੇ 1 ਲੱਖ ਰੁਪਈਆ ਦਾ ਰਿਵਾਰਡ ਰੱਖਿਆ ਇਹ ਕਿਸ ਲਈ ਰੱਖਿਆ ਗਿਆ ਹੈ ਕਿਉਂਕਿ ਜੋ ਮਿਜ਼ੋਰਾਮ ਹੈ ਨਾ ਇੱਥੇ ਲਗਾਤਾਰ ਜੋ ਜਨਸੰਖਿਆ ਹੈਗੀ ਇਹ ਘਟਦੀ ਹੀ ਜਾ ਰਹੀ ਹੈ ਇਸ ਕਰਕੇ ਇਹ ਸਕੀਮ ਨੂੰ ਲਿਆਂਦਾ ਗਿਆ ਆਫਟਰ ਦੈਟ ਜੋ ਅਸਾਮ ਹੈ ਇਸਨੇ ਆਪਣਾ 6th ਨੈਸ਼ਨਲ ਪਾਰਕ ਅਨਾਉਂਸ ਕੀਤਾ ਜਿਸ ਦਾ ਨਾਮ ਹੈ ਰਾਇਮੋਨਾ ریزਰਵ ਐਂਡ 7th ਨੰਬਰ ਦਾ ਨੈਸ਼ਨਲ ਪਾਰਕ ਆ ਜਾਏਗਾ ਦੇਹਿੰਗ ਪਟਕਾਏ ਓਕੇ ਤਾਂ ਦੇਖੋ ਹੁਣ ਯਾਨੀ ਕਿ ਜੋ ਅਸਾਮ ਹੈ ਇੱਥੇ ਪਹਿਲਾਂ ਹੁੰਦੇ ਸੀ ਟੋਟਲ 5 ਨੈਸ਼ਨਲ ਪਾਰਕ ਹੁਣ ਇਹ ਤੇ 7 ਹੋ ਗਏ ਐ ਤੇ ਤੁਸੀਂ ਅਗਰ ਮੈਨੂੰ ਦੱਸ ਸਕੋ ਤਾਂ ਤੁਸੀਂ ਮੈਨੂੰ ਦੱਸਣਾ ਆ ਕਿ ਜੋ ਪਹਿਲੇ ਵਾਲੇ 5 ਨੈਸ਼ਨਲ ਪਾਰਕ ਆ ਉਹ ਕਿਹੜੇ-ਕਿਹੜੇ ਹੋ ਜਾਣਗੇ ਓਕੇ ਕੁਐਸਚਨ ਨੰਬਰ 5 ਵੈਨ ਇੰਟਰਨੈਸ਼ਨਲ ਟਾਈਗਰ ਡੇ ਇਜ਼ ਆਬਜ਼ਰਵਡ ਅੰਤਰਰਾਸ਼ਟਰੀ ਬਾਗ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਇਸ ਦਾ ਆਨਸਰ ਹੋ ਜਾਏਗਾ 29th ਆਫ ਜੁਲਾਈ ਓਕੇ ਤਾਂ ਦੇਖੋ ਹਰ ਸਾਲ ਨਾ 29th ਆਫ ਜੁਲਾਈ ਨੂੰ ਗਲੋਬਲ ਟਾਈਗਰ ਡੇ ਜਾਂ ਫਿਰ ਇੰਟਰਨੈਸ਼ਨਲ ਟਾਈਗਰ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਐਸ ਦਿਨ ਨੂੰ ਜੋ ਟਾਈਗਰ ਦੇ ਪ੍ਰਤੀ ਅਵੇਰਨੈਸ ਫੈਲਾਉਣ ਦੇ ਲਈ ਮਨਾਇਆ ਜਾਂਦਾ ਹੈ ਤਾਂ ਜੋ ਜਿਹੜੇ ਟਾਈਗਰ ਹੈ ਤੁਹਾਨੂੰ ਪਤਾ ਹੀ ਹੈ ਕਿ ਐਂਡੇਂਜਰਡ ਸਪੀਸੀਜ਼ ਦੇ ਵਿੱਚ ਆਉਂਦੇ ਨੇ ਠੀਕ ਹੈ ਤਾਂ ਇਹਨਾਂ ਨੂੰ ਬਚਾਇਆ ਜਾ ਸਕੇ ਇਸ ਤੇ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਓਕੇ ਔਰ ਅਗਰ ਆਪਾਂ ਯੂਨਾਈਟਿਡ ਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਅਕੋਰਡਿੰਗ ਜੋ ਟਾਈਗਰਸ ਹੈ ਨਾ ਇਹਨਾਂ ਦੀ ਜਨਸੰਖਿਆ ਲਾਸਟ ਸੈਂਚਰੀ ਦੇ ਵਿੱਚ 95% ਤੋਂ ਵੀ ਜ਼ਿਆਦਾ ਕੱਟੀ ਹੈ ਓਕੇ ਤਾਂ ਇਸ ਕਰਕੇ ਹੁਣ ਇਹਦੇ ਲਈ ਕੰਮ ਕੀਤੇ ਜਾ ਰਿਹਾ ਹੈ ਅਲੱਗ-ਅਲੱਗ ਜਗ੍ਹਾ ਦੇ ਉੱਪਰ ਤਾਂ ਕਿ ਜੋ ਟਾਈਗਰ ਹੈਗੇ ਆ ਇਹਨਾਂ ਦੀ ਜਨਸੰਖਿਆ ਨੂੰ ਪੋਪੂਲੇਸ਼ਨ ਨੂੰ ਵਧਾਇਆ ਜਾ ਸਕੇ ਤਾਂ ਇਸ ਲਈ ਨਾ ਅਗਰ ਆਪਾਂ ਗੱਲ ਕਰਦੇ ਆ ਇਸ ਦਿਨ ਨੂੰ ਪਹਿਲੀ ਵਾਰੀ ਕਦੋਂ ਜੋ ਹੈ ਅਬਜ਼ਰਵ ਕੀਤਾ ਗਿਆ 2010 ਦੇ ਵਿੱਚ ਤੇ ਦੇਖੋ ਜੋ ਇੰਡੀਆ ਹੈ ਨਾ ਇਹਨੇ ਇੱਕ ਟਾਰਗੇਟ ਲਿਆ ਹੋਇਆ ਸੀਗਾ ਕਿ 2022 ਤੱਕ ਅਸੀਂ ਜੋ ਟਾਈਗਰਸ ਦੀ ਕਾਊਂਟਿੰਗ ਹੈ ਗਿਣਤੀ ਹੈ ਇਸ ਨੂੰ ਨਾ ਡਬਲ ਕਰ ਦਾਂਗੇ ਓਕੇ ਔਰ ਇਹ ਵਾਲਾ ਟਾਰਗੇਟ ਸਿਰਫ ਇੰਡੀਆ ਨੇ ਹੀ ਨਹੀਂ ਲਿਆ ਹੋਇਆ ਇਸ ਦੇ ਨਾਲ ਨਾਲ 13 ਐਜਾਂ ਦੀਆਂ ਕੰਟਰੀਜ਼ ਐ ਜਿਨ੍ਹਾਂ ਨੇ ਸੇਮ ਹੀ ਟਾਰਗੇਟ ਲਿਆ ਹੋਇਆ ਓਕੇ ਔਰ ਇਸੇ ਟਾਰਗੇਟ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ TX2 ਓਕੇ ਯਾਨੀ ਕਿ ਟਾਈਗਰਸ ਦੋ ਗੁਣਾ ਹੋ ਜਾਣਗੇ ਓਕੇ ਤਾਂ ਜੋ ਇੰਡੀਆ ਹੈ ਐਨੀ ਨਾ 4 ਸਾਲ ਦੇ ਅੰਤਰਾਲ ਦੇ ਵਿੱਚ ਟਾਈਗਰ ਦਾ ਸੈਂਸਸ ਕਰਵਾਇਆ ਜਾਂਦਾ ਹੈ ਹੈਨਾ ਔਰ ਅਗਰ ਆਪਾਂ ਲਾਸਟ ਸੈਂਸਸ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ 2018 ਦੇ ਵਿੱਚ ਇਹ ਸੈਂਸਸ ਨੂੰ ਕਰਵਾਇਆ ਗਿਆ ਸੀਗਾ ਔਰ ਉਹਦੇ ਅਕੋਰਡਿੰਗ ਜੋ ਟਾਈਗਰ ਹੈ ਇਹਨਾਂ ਦੀ ਜਨਸਖਿਆ ਕਿੰਨੀ ਹੈਗੀ ਹੈ 2967 ਔਰ ਤੁਸੀਂ ਇਸ ਫਿਗਰ ਨੂੰ ਐਗਜ਼ੈਕਟ ਇਸੇ ਤਰ੍ਹਾਂ ਹੀ ਯਾਦ ਰੱਖੋਗੇ ਉਸ ਤੋਂ ਪਹਿਲਾਂ ਵਾਲਾ ਵੀ ਤੁਸੀਂ ਯਾਦ ਰੱਖ ਲੈਣਾ ਜੋ 2014 ਵਾਲਾ ਆਇਆ ਸੀ ਨਾ ਟਾਈਗਰ ਦਾ ਸੈਂਸਸ ਉਹਦੇ ਵਿੱਚ 226 ਜੋ ਹੈ ਇਹ ਸੀ ਇੱਥੇ ਦੀ ਜਨਸਖਿਆ ਓਕੇ ਕਿੰਦੀ ਟਾਈਗਰ ਦੀ ਹੁਣ ਤੁਸੀਂ ਦੇਖੋ 2967 ਨੂੰ ਯਾਦ ਕਰਨਾ ਇਜ਼ੀ ਹੈ ਕਿਉਂਕਿ ਆਪਾਂ ਹੁਨੇ ਕੀ ਕੀਤਾ ਹੈ ਕਿ 29th ਆਫ ਜੁਲਾਈ ਨੂੰ ਟਾਈਗਰਸ ਡੇ ਮਨਾਇਆ ਜਾਂਦਾ ਹੈ ਤਾਂ 29th ਦਾ 29th ਆ ਹੀ ਗਿਆ ਆਫਟਰ 댓 6th ਨੂੰ ਛੋੜ ਦੋ ਜਲ ਜੁਲਾਈ ਕਿੰਨਾ ਮੰਥ ਹੁੰਦਾ ਹੈ 7th ਮੰਥ ਹੁੰਦਾ ਹੈ ਤਾਂ ਇਸ ਤਰ੍ਹਾਂ ਤੁਸੀਂ 2967 ਨੂੰ ਯਾਦ ਰੱਖ ਸਕਦੇ ਹੋ ਓਕੇ ਤਾਂ ਇਹ ਮਨਾਇਆ ਗਿਆ ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਜੋ ਇਹ ਸੈਂਸਸ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਜਨਸੰਖਿਆ ਮਿਲੀ ਟਾਈਗਰਸ ਦੀ ਇਹ ਕਿੱਥੇ ਮਿਲੀ ਸੀ ਤਾਂ ਇਹ Madhya Pradesh ਦੇ ਵਿੱਚ ਹੋ ਜਾਏਗੀ ਓਕੇ ਤਾਂ ਇੰਡੀਆ ਨੇ ਨਾ ਜੋ ਬੋਲਿਆ ਸੀਗਾ ਕਿ ਅਸੀਂ 2025 ਤੱਕ ਜੋ ਟਾਈਗਰਸ ਦੀ ਜਨਸੰਖਿਆ ਹੈ ਉਹਨੂੰ ਅਸੀਂ ਡਬਲ ਕਰਾਂਗੇ ਇੰਨਾ ਨੇ ਨਾ ਇਹ 4 ਸਾਲ ਪਹਿਲਾਂ ਹੀ ਇਸ ਟਾਰਗੇਟ ਨੂੰ ਪੂਰਾ ਕਰ ਲਿਆ ਸੀਗਾ ਓਕੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਹਿਲੇ ਨੰਬਰ ਤੇ ਤਾਂ ਐਮਪੀ ਆ ਜਾਏਗਾ ਟਾਈਗਰਸ ਦੀ ਜਨਸੰਖਿਆ ਦੇ ਵਿੱਚ ਔਰ ਇੱਥੇ ਦੇ ਜੋ ਟਾਈਗਰ ਹੈ ਨਾ ਤੁਸੀਂ ਐਗਜ਼ੈਕਟ ਯਾਦ ਰੱਖੋਗੇ 526 ਹੋ ਜਾਣਗੇ ਓਕੇ ਔਰ ਜੋ ਕਰਨਾਟਕਾ ਦੂਸਰੇ ਨੰਬਰ ਤੇ ਆਏਗਾ ਵਿਦ 524 ਟਾਈਗਰਸ ਉੱਤਰਾਖੰਡ ਤੁਸੀਂ ਵੈਸੇ ਯਾਦ ਰੱਖ ਲਓ ਕਿ 3rd ਨੰਬਰ ਦੇ ਉੱਪਰ ਹੈਗਾ ਆਦਰਵਾਇਜ਼ ਇਹਦੇ ਜੋ ਕਾਊਂਟਿੰਗ ਹੈ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਇਹ 442 ਹੋ ਜਾਏਗੀ ਓਕੇ ਹੁਣ ਜੇ ਅਪਾ ਕਰੰਟ ਦੇ ਨਾਲ ਰਿਲੇਟ ਕਰਦੇ ਆ ਤਾਂ ਜੋ ਇੰਡੀਆ ਦੇ ਵਿੱਚ ਨਾ ਪਿਲੀਭੀਤ ਟਾਈਗਰ ਰਿਜ਼ਰਵ ਹੈ ਇਹ ਮਿਲੇਗਾ ਤੁਹਾਨੂੰ ਯੂਪੀ ਦੇ ਵਿੱਚ ਓਕੇ ਐਂਦੀ ਲੋਕੇਸ਼ਨ ਵੀ ਤੁਸੀਂ ਯਾਦ ਰੱਖੋਗੇ ਇਹਨਾਂ ਨੂੰ ਜਿਹੜਾ ਮੈਂ ਹੁਣੇ ਤੁਹਾਨੂੰ ਅਵਾਰਡ ਦੱਸ ਰਹੀ ਸੀ TX2 ਹੈ ਨਾ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਸ ਲਈ ਕਿਉਂਕਿ ਇਹਨਾਂ ਨੇ 4 ਸਾਲ ਦੇ ਅੰਦਰ ਅੰਦਰ ਜੋ ਟਾਈਗਰ ਦੀ ਗਿਣਤੀਆਂ ਨੂੰ ਡਬਲ ਕਰ ਦਿੱਤਾ ਓਕੇ ਔਰ ਜੋ ਇੰਡੀਆ ਹੈ ਐਦਾ ਜੋ 51 ਐਂਡ 52 ਨੰਬਰ ਦੇ ਟਾਈਗਰ ਰਿਜ਼ਰਵ ਨੂੰ ਕੋਸ਼ਿਤ ਕੀਤਾ ਗਿਆ 51st ਟਾਈਗਰ ਰਿਜ਼ਰਵ ਕਿਹੜਾ ਬਣਿਆ ਹੈ ਤਾਮਿਲਨਾਡੂ ਔਰ ਤਾਮਿਲਨਾਡੂ ਦੇ ਵਿੱਚ ਕਿਹੜਾ ਹੋ ਜਾਏਗਾ ਮੇਗਾ ਮਲਾਈ ਐਂਡ ਸ਼੍ਰੀ ਵਿੱਲੀ ਪੁੱਥੁਰ ਓਕੇ ਆਫਟਰ दैट ਜੋ ਰਾਮਗੜ੍ਹ ਵਿਸ਼ਧਾਰੀ ਵਾਈਲਡਲਾਈਫ ਸੈਂਚੁਰੀ ਹੈ ਇਸ ਨੂੰ 52nd ਨੰਬਰ ਦੇ ਟਾਈਗਰ ਰਿਜ਼ਰਵ ਵਜੋ ਕੋਸ਼ਿਤ ਕੀਤਾ ਗਿਆ ਔਰ ਜੋ ਰਾਜਸਥਾਨ ਹੈ ਇਸਨੇ ਅਨਾਉਂਸ ਕੀਤਾ ਕਿ ਇਹ ਡਵੈਲਪ ਕਰਨਗੇ ਟਾਈਗਰ ਕੋਰੀਡੋਰ ਓਕੇ ਇਸ ਦੇ ਵਿੱਚ ਤਿੰਨ ਐਦਾਂ ਦੇ ਟਾਈਗਰ ਰਿਜ਼ਰਵ ਹੈਗੇ ਰਾਜਸਥਾਨ ਦੇ ਜਿਨ੍ਹਾਂ ਨੂੰ ਕਿ ਜੋੜਿਆ ਜਾਏਗਾ ਰਾਮਗੜ੍ਹ ਟਾਈਗਰ ਰਿਜ਼ਰਵ रनथंबोर टाइगर रिजर्व एंड मुकुंदरा टाइगर रिजर्व ओके okay? ये सारे ही क्वेश्चन इंपोर्टेंट ने याद रखना क्वेश्चन नंबर सिक्स द ओल्डेस्ट सोलर ओबजरवेटरी ऑफ विच कंट्री गोट यूनेस्को वर्ल्ड हैरीटेज स्टेटस किस देश की सब तो पुरानी जो सोर वैधशाल है इसन यूनैसको जो विश्व धरोहर है उसका दर्जा मिले तो यह हो जाएगा यूएसए ओके तो जो यूएसए की सब तो पुरानी सोलर ऑबजरवेटरी है ਇਸ ਨੂੰ ਵਰਲਡ ਹੈਰੀਟੇਜ ਦਾ ਦਰਜਾ ਮਿਲਿਆ ਹੋਣੇ ਹੀ ਐਂਦਾ ਨਾਮ ਕੀ ਹੋ ਜਾਏਗਾ ਤੈ ਹੈਗੀ ਹੈ ਚੈਂਕੀ ਲੋ ਓਕੇ ਇਹ ਤੁਸੀਂ ਯਾਦ ਰੱਖਣਾ ਨਾਮ ਨੂੰ ਔਰ ਐਨੂੰ ਨਾ ਅਗਰ ਆਪਾਂ ਬੋਲੀਏ ਕਿ ਯੂਐਸਏ ਦੀ ਕਿੰਨੇ ਸਾਲ ਪੁਰਾਣੀ ਅਬਜ਼ਰਵੇਟਰੀ ਹੈ ਤੇ 2300 ਇਅਰ ਪੁਰਾਣੀ ਹੈ ਓਕੇ ਔਰ ਐਦੇ ਵਿੱਚ ਨਾ ਅਗਰ ਆਪਾਂ ਬੋਲੀਏ ਕਿ ਲੋਕੇਸ਼ਨ ਕਿੱਥੇ ਮਿਲੇਗੀ ਤਾਂ ਜਿਹੜਾ ਇੱਥੇ ਦਾ ਡੇਜ਼ਰਟ ਏਰੀਆ ਹੈਗਾ ਯੂਐਸਏ ਦਾ ਪੇਰੂ ਹੈ ਨਾ ਇਹੀ ਵਾਲੀ ਜਗ੍ਹਾ ਦੇ ਉੱਪਰ ਆਂਦੀ ਲੋਕੇਸ਼ਨ ਮਿਲਣ ਵਾਲੀ ਹੈ ਇਹ ਐਗਜ਼ਾਮ ਦੇ ਵਿੱਚ ਹੋ ਸਕਦਾ ਹੈ ਤੁਹਾਨੂੰ ਯੂਐਸਏ ਨਾ ਪਾ ਕੇ ਸਿਰਫ ਪੈਰੂ ਹੀ ਦਿੱਤਾ ਹੋਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਓਕੇ ਔਰ ਇਹ ਜੋ ਆਬਜ਼ਰਵੇਟਰੀ ਹੈ ਐਂਦੀ ਖਾਸੀਅਤ ਕੀ ਹੈ ਕਿ ਇੱਥੇ ਨਾ ਪੱਥਰਾਂ ਨੂੰ ਕੱਟ ਕੇ 13 ਟਾਵਰਸ ਬਣਾਏ ਗਏ ਹੈ ਇਹ ਕਾਊਂਟਿੰਗ ਤੁਹਾਡੇ ਲਈ ਇੰਪੋਰਟੈਂਟ ਹੈ ਇਹਨੂੰ ਯਾਦ ਰੱਖਣਾ ਔਰ ਇਹਨਾਂ ਟਾਵਰਸ ਦਾ ਯੂਜ਼ ਕੀਤਾ ਜਾਂਦਾ ਸੀਗਾ ਕੈਲੰਡਰ ਦੇ ਤੌਰ ਦੇ ਉੱਪਰ ਓਕੇ ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈ ਬਟ ਕਾਊਂਟਿੰਗ ਜ਼ਰੂਰੀ ਯਾਦ ਰੱਖਣਾ ਯੈਸ ਅਗਰ ਆਪਾਂ ਯੂਐਸਏ ਦੀ ਕੈਪੀਟਲ ਖਾਂਗੇ ਤਾਂ ਵਾਸ਼ਿੰਗਟਨ ਡੀਸੀ ਹੈ ਪ੍ਰੈਜ਼ੀਡੈਂਟ ਨੇ ਜੋ ਬਾਈਡਨ ਐਂਡ ਵਾਈਸ ਪ੍ਰੈਜ਼ੀਡੈਂਟ ਹੋ ਜਾਣਗੇ ਕਮਲਾ ਹੈਰਿਸ ਔਰ ਇਹ ਇੰਡੀਅਨ ਔਰੀਜਿਨ ਹੈਗੇ ਨੇ ਓਕੇ ਔਰ ਦੇਖੋ ਇਹ ਜੋ ਕਮਲਾ ਹੈਰਿਸ ਹੈਗੇ ਆ ਇਹ ਪਹਿਲੇ ਐਦਾਂ ਦੇ ਫੀਮੇਲ ਬਣੇ ਨੇ ਜੋ ਕਿ ਯੂਐਸਏ ਦੇ ਵਾਈਸ ਪ੍ਰੈਜ਼ੀਡੈਂਟ ਬਨੇ ਔਰ ਨਾਲ ਹੀ ਇਹ ਵਾਈਸ ਪ੍ਰੈਜ਼ੀਡੈਂਟ ਬਨਣ ਵਾਲੇ ਪਹਿਲੇ ਹੀ ਇੰਡੀਅਨ ਅਮਰੀਕਨ ਹੋ ਜਾਣਗੇ ਓਕੇ ਹੁਣ ਦੇਖੋ ਜੋ ਜੋ ਬਾਈਡਨ ਹੈਗੇ ਆ ਇਹਨਾਂ ਦੇ ਕੁਝ ਬੁੱਕਸ ਹੈ ਜੋ ਬਹੁਤ ਇੰਪੋਰਟੈਂਟ ਨੇ ਇਹਨਾਂ ਵਿੱਚੋਂ ਦੋ ਤੁਸੀਂ ਹਮੇਸ਼ਾ ਹੀ ਯਾਦ ਰੱਖੋਗੇ ਫਸਟ ਹੈ ਪ੍ਰੋਮਿਸ ਮੀ ਡੈਡ ਐਂਡ ਸੈਕਿੰਡ ਹੋ ਜਾਏਗੀ ਪ੍ਰੋਮਿਸਸ ਟੂ ਕੀਪ ਓਕੇ आफ्टर दैट जो कमला हैरिस ने एना ने ਹੁਣ ਤੱਕ ਤਿੰਨ ਬੁੱਕਸ ਲਿਖੀਆਂ ਇਹ ਤਿੰਨੋਂ ਹੀ ਆਪਣੇ ਲਈ ਇੰਪੋਰਟੈਂਟ ਨੇ ਫਰਸਟ ਹੈ ਦ ਟਰੂਥਸ ਵੀ ਹੋਲਡ ਦੈਨ ਸੁਪਰ ਹੀਰੋਸ ਆਰ 에ਵਰੀਵੇਅਰ ਐਂਡ ਸਮਾਰਟ ਓਨ ਕ੍ਰਾਈਮ ਓਕੇ ਤਿੰਨੋਂ ਹੀ ਬੁੱਕਸ ਤੁਸੀਂ ਯਾਦ ਰੱਖਣੀ ਹੈ ਅਗਰ ਆਪਾਂ ਕਵਾਰੰਟਾਈਨ ਨਾਲ ਰਿਲੇਟ ਕਰਦੇ ਆ ਤਾਂ ਵਰਲਡ ਹੈਰੀਟੇਜ ਸਟੇਟਸ ਦੇ ਵਿੱਚੋਂ ਜੋ ਲੀਵਰਪੂਲ ਹੈ ਇਸ ਨੂੰ ਖਤਮ ਕਰ ਦਿੱਤਾ ਗਿਆ ਰਿਮੂਵ ਕਰ ਦਿੱਤਾ ਗਿਆ ਇਸ ਤੋਂ ਬਾਅਦ ਰਾਮਪੱਪਾ ਟੈਂਪਲ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਰੂਦੇਸ਼ਵਾ ਟੈਂਪਲ ਠੀਕ ਹੈ ਜੋ ਤਾਮਿਲਨਾਡੂ ਦੇ ਵਿੱਚ ਤੁਹਾਨੂੰ ਮਿਲੇਗਾ ਐਨੋ ਵਰਲਡ ਹੈਰੀਟੇਜ ਸਾਈਟ ਦਾ ਸਟੇਟਸ ਦਿੱਤਾ ਗਿਆ ਇਸ ਦੇ ਨਾਲ ਨਾਲ ਜੋ ਹੜੱਪਨ ਸਾਈਟ ਹੈ ਜੋ ਕਿ ਧੋਲਾਵੀਰਾ ਹੋ ਜਾਏਗੀ ਇਹ ਤੁਹਾਨੂੰ ਕਿਹੜੀ ਜਗ੍ਹਾ ਤੇ ਮਿਲੇਗੀ ਤਾਂ ਗੁਜਰਾਤ ਦੇ ਵਿੱਚ ਐਨੋ ਵੀ ਹੈਰੀਟੇਜ ਸਟੇਟਸ ਮਿਲਿਆ ਹਾਲ ਹੀ ਦੇ ਵਿੱਚ 18th ਆਫ ਅਪ੍ਰੈਲ ਨੂੰ ਆਪਾਂ ਵਰਲਡ ਹੈਰੀਟੇਜ ਡੇ ਦੇ ਰੂਪ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ ਔਰ ਜੋ ਮਧਿਆਪ੍ਰਦੇਸ਼ ਦੀਆਂ ਦੋ ਸਾਈਟਸ ਹੈ ਔਰਛਾ ਐਂਡ ਗਵਾਲੀਅਰ ਠੀਕ ਹੈ ਇਹਨਾਂ ਨੂੰ ਯੂਨੈਸਕੋ ਨੇ ਹਿਸਟੋਰਿਕ ਅਰਬਨ ਲੈਂਡਸਕੇਪ ਪ੍ਰੋਜੈਕਟ ਦੇ ਅੰਡਰ ਸਿਲੈਕਟ ਕੀਤਾ ਔਰ ਇੱਥੇ ਹੁਣ ਯੂਨੈਸਕੋ ਵੱਲੋਂ ਪੂਰੀ ਡਵੈਲਪਮੈਂਟ ਕੀਤੀ ਜਾਏਗੀ ਔਰ ਇਹ ਜੋ ਗ੍ਰੇਟ ਬੈਰੀਅਰ ਰੀਫ ਹੈ ਇਹ ਮਿਲੇਗਾ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਠੀਕ ਹੈ ਔਰ ਜੋ ਇਹ ਵਾਲਾ ਰੀਫ ਹੈ ਨਾ ਇਹਨੂੰ ਹੁਣ ਇਹਨਾਂ ਨੇ ਬੋਲਿਆ ਕਿ ਇਨ ਡੇਂਜਰਡ ਦੀ ਕੈਟਾਗਰੀ ਦੇ ਵਿੱਚ ਪਾ ਦੇਣਾ ਚਾਹੀਦਾ ਓਕੇ ਯੂਨੈਸਕੋ ਦੀ ਫੁੱਲ ਫਾਰਮ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਔਰ ਇਨ ਦੀ ਫਾਰਮੇਸ਼ਨ ਕੀਤੀ ਗਈ 16th ਆਫ ਨਵੰਬਰ 1945 ਨੂੰ ਔਰ ਐਂਡ ਦਾ ਹੈੱਡ ਕੁਆਟਰ ਤੁਹਾਨੂੰ ਮਿਲੇਗਾ ਪੈरिस ਫਰਾਂਸ ਦੇ ਵਿੱਚ ਹੈੱਡ ਹੋ ਜਾਣਗੇ ਆਡਰੀ ਔਛਲੇ ਓਕੇ ਕੁਐਸਚਨ ਨੰਬਰ 7 ਨਾਈਜੀਰੀਆ ਹੈਜ਼ ਰੀਸੈਂਟਲੀ ਅਨਾਉਂਸਡ ਟੂ ਲਾਂਚ ਇਟਸ ਫਸਟ ਡਿਜੀਟਲ ਕਰੰਸੀ ਵਾਟ ਇਜ਼ ਇਟਸ ਨੇਮ ਨਾਈਜੀਰੀਆ ਨੇ ਹਾਲ ਹੀ ਦੇ ਵਿੱਚ ਆਪਣੀ ਡਿਜੀਟਲ ਕਰੰਸੀ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ ਇਸ ਦਾ ਨਾਮ ਕੀ ਹੈ ਠੀਕ ਹੈ ਤਾਂ ਦੇਖੋ ਜੋ ਨਾਈਜੀਰੀਆ ਹੈ ਐਂਡ ਦੇ ਸੈਂਟਰਲ ਬੈਂਕ ਨੇ ਹਾਲ ਹੀ ਦੇ ਵਿੱਚ ਘੋਸ਼ਣਾ ਕੀਤੀ ਕਿ ਇਹ ਨਾ ਖੁਦ ਦੀ ਕ੍ਰਿਪਟੋ ਕਰੰਸੀ ਬਣਾਉਣਗੇ ਯਾਨੀ ਕਿ ਡਿਜੀਟਲ ਕਰੰਸੀ ਲਾਂਚ ਕਰਨਗੇ ਓਕੇ ਤਾਂ ਇਸ ਕਰੰਸੀ ਦਾ ਇਹਨਾਂ ਨੇ ਨਾਮ ਦੱਸਿਆ ਈ ਨਾਇਰਾ 올 ਰਾਈਟ ਔਰ ਇਹਨੂੰ ਨਾ ਅਕਟੋਬਰ ਦੇ ਵਿੱਚ ਲਾਂਚ ਕੀਤਾ ਜਾਣਾ ਹੈ ਔਰ ਈ ਨਾਇਰਾ ਜੋ ਹੈ ਨਾ ਇਹਨੂੰ ਇੱਕ ਵਾਲਟ ਦੀ ਤਰ੍ਹਾਂ ਯੂਜ਼ ਕੀਤਾ ਜਾ ਸਕੇਗਾ ਓਕੇ ਅਗਰ ਆਪਾਂ ਹੁਣ ਗੱਲ ਕਰਦੇ ਹਾਂ ਨਾਈਜੀਰੀਆ ਦੀ ਕੈਪੀਟਲ ਆਬੂਜਾ ਪ੍ਰੈਜ਼ੀਡੈਂਟ ਮਹਿਮੂਦੂ ਬੁਹਾਰੀ ਕਰੰਸੀ ਹੋ ਜਾਏਗੀ ਨਾਇਰਾ ਯਾਨੀ ਕਿ ਦੇਖੋ ਇਹਦੀ ਕਰੰਸੀ ਆਲਰੇਡੀ ਹੀ ਨਾਇਰਾ ਹੈ ਤੁਸੀਂ ਇਹਦੇ ਨਾਲ ਸਿਰਫ ਈ ਲਗਾਣਾ ਹੈ ਤਾਂ ਇਹਨਾਂ ਦੀ ਕ੍ਰਿਪਟੋ ਕਰੰਸੀ ਬਣ ਜਾਣੀ ਹੈ ਓਕੇ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਜੋ ਜਰਮਨੀ ਹੈ ਇਸਨੇ ਬੋਲਿਆ ਹੈ ਕਿ ਬੈਨਿਨ ਬ੍ਰੌਂਜ਼ੇਜ਼ ਨੂੰ ਨਾਈਜੀਰੀਆ ਨੂੰ ਵਾਪਸ ਕਰਨਗੇ ਹੁਣ ਤੁਹਾਡੇ ਮਾਈਂਡ ਦੇ ਵਿੱਚ ਸਟ੍ਰਾਈਕ ਕਰ ਰਿਹਾ ਹੋਵੇਗਾ ਕਿ ਜੋ ਬੈਨਿਨ ਬ੍ਰੌਂਜ਼ੇਜ਼ ਹੁੰਦਾ ਕੀ ਹੁੰਦਾ ਤਾਂ ਦੇਖੋ ਇਹਨਾਂ ਆਰਟੀਫੈਕਟਸ ਹੁੰਦੇ ਨੇ ਓਕੇ ਕਲਾਕ੍ਰਿਤੀਆਂ ਹੈ ਰਾਈਟ ਐਂਡ ਦੇ ਵਿੱਚ ਨਾ ਹਜ਼ਾਰਾਂ ਹੀ ਮੈਟਲ ਦੇ ਸਕਲਪਚਰ ਹੈਗੇ ਆ ਜੋ ਕਿ ਸ਼ਾਮਿਲ ਨੇ ਔਰ ਐਸਟਾਈਮੇ ਜਰਮਨੀ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਏ ਹੋਏ ਆ ਔਰ ਜਰਮਨੀ ਨੇ ਬੋਲਿਆ ਆ ਕਿ ਹੁਣ ਇਹ ਨਾ ਨਾਈਜੀਰੀਆ ਨੂੰ ਵਾਪਸ ਕਰ ਦੇਣਗੇ ਓਕੇ ਇੰਡੀਆ ਐਂਡ ਨਾਈਜੀਰੀਆ ਨੇ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਸਪੇਸ ਕੋਆਪਰੇਸ਼ਨ ਦੇ ਵਿੱਚ ਓਕੇ ਅਗਰ ਤੁਸੀਂ ਨਾਈਜੀਰੀਆ ਦੀ ਗੱਲ ਕਰਦੇ ਹੋ ਤਾਂ ਐਂਦੀ ਲੋਕੇਸ਼ਨ ਤੁਹਾਨੂੰ ਮਿਲੇਗੀ ਅਫਰੀਕਨ ਕੰਟੀਨੈਂਟ ਦੇ ਵਿੱਚ ਰਾਈਟ ਔਰ ਇਹ ਜੋ ਨਾਈਜੀਰੀਆ ਇੱਥੇ 500 ਤੋਂ ਵੀ ਜ਼ਿਆਦਾ ਇੰਦੀ ਜੀਨੀਅਸ ਲੈਂਗੁਏਜਸ ਬੋਲੀਆਂ ਜਾਂਦੀਆਂ ਐ ਪਰ ਅਗਰ ਅਪਾ ਗੱਲ ਕਰਦੇ ਆ ਇੱਥੇ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ ਤਾਂ ਉਹ ਰਹੇਗੀ ਇੰਗਲਿਸ਼ ਓਕੇ ਕੁਐਸਚਨ ਨੰਬਰ 8 ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦੇਵਰਨਯਾ ਯੋਜਨਾ ਕਿਸ ਰਾਜ ਸਰਕਾਰ ਨੇ ਦੇਵਰਨਯਾ ਨਾਮ ਦੀ ਯੋਜਨਾ ਨੂੰ ਸਟਾਰਟ ਕੀਤਾ ਹੈ ਤਾਂ ਜੋ ਐਮਪੀ ਗਵਰਨਮੈਂਟ ਹੈ ਇਸਨੇ ਆਯੁਰਵੇਦ ਨੂੰ ਬੂਸਟ ਕਰਨ ਦੇ ਲਈ ਦੇਵਰਨਯਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਔਰ ਇਹਦੇ ਨਾਲ ਨਾਲ ਨੇ ਇੱਕ ਹੋਰ ਚੀਜ਼ ਅਨਾਉਂਸ ਕੀਤੀ ਹੈ ਕਿ ਐਸੇ ਹੀ ਯੋਜਨਾ ਦੇ ਤਹਿਤ ਨਾ ਜੋ ਆਯੁਰਵੇਦਾ ਹੈਗਾ ਐਨੂੰ ਰੋਜ਼ਗਾਰ ਦੇ ਨਾਲ ਵੀ ਜੋੜਿਆ ਜਾਏਗਾ ਓਕੇ ਯਾਨੀ ਕਿ ਇੱਕ ਪੰਥ ਦੋ ਕਾਜ ਦਾ ਕੰਮ ਕੀਤਾ ਜਾਣਾ ਔਰ ਸਪੈਸ਼ਲੀ ਇਹਦੇ ਵਿੱਚ ਧਿਆਨ ਰੱਖਿਆ ਜਾਏਗਾ ਟ్రਾਈਬਲ ਏਰੀਆ ਦੇ ਵਿੱਚ ਰਹਿੰਦੇ ਲੋਕਾਂ ਦਾ ਓਕੇ ਔਰ ਇਸ ਦੇ ਵਿੱਚ ਜੋ ਐਮਪੀ ਦੇ ਜੰਗਲ ਹੈ ਤੁਹਾਨੂੰ ਪਤਾ ਹੈ ਬਹੁਤ ਘਨੇ ਜੰਗਲ ਨੇ ਐਮਪੀ ਦੇ ਵਿੱਚ ਰਾਈਟ ਔਰ ਇੱਥੇ ਕਾਫੀ ਸਾਰੇ ਐਦਾਂ ਦੇ ਪੀੜ ਨੇ ਜਿਨ੍ਹਾਂ ਨੂੰ ਕਿ ਔਸ਼ਧੀਆਂ ਦੇ ਵਜੋਂ ਆਪਾਂ ਵਰਤ ਸਕਦੇ ਹਾਂ ਔਰ ਇੱਥੇ ਦੀ ਗਵਰਨਮੈਂਟ ਨੇ ਇਹੀ ਬੋਲਿਆ ਕਿ ਇੱਥੇ ਜੋ ਔਸ਼ਧੀਆਂ ਹੈਗੀਆਂ ਨਾ ਇਹਨਾਂ ਦਾ ਯੂਜ਼ ਕੀਤਾ ਜਾਏਗਾ ਤਾਂ ਕਿ ਜੋ ਆਯੂਸ਼ ਮੈਡੀਸਿਨਸ ਹੈਗੀਆਂ ਆਯੁਰਵੇਦਾ ਮੈਡੀਸਿਨਸ ਹੈ ਉਹਨਾਂ ਨੂੰ ਬਣਾਇਆ ਜਾ ਸਕੇ ਓਕੇ ਔਰ ਐਮਪੀ ਦੇ ਵਿੱਚ ਵੈਲਨੈਸ ਟੂਰਿਜ਼ਮ ਨੂੰ ਵੀ ਬੜਾਵਾ ਦਿੱਤਾ ਜਾਏਗਾ ਔਰ ਇੱਥੇ ਜੋ ਪਿੰਡ ਹੈਗੇ ਨਾ ਐਮਪੀ ਦੇ ਇੱਥੇ ਕੁਝ ਐਦਾਂ ਦੇ ਪੌਦੇ ਨੇ ਜੋ ਕਿ ਔਸ਼ਧੀਆਂ ਵਾਲੇ ਹੋਣਗੇ ਇਹਨਾਂ ਨੂੰ ਲਗਾਇਆ ਵੀ ਜਾਏਗਾ ਇਹਨਾਂ ਦੀ ਖੇਤੀ ਨੂੰ ਡਵੈਲਪ ਕੀਤਾ ਜਾਊਗਾ ਓਕੇ ਤਾਂ ਇਸ ਦੇ ਨਾਲ ਜੋ ਟੂਰਿਜ਼ਮ ਹੈ ਇਹਨਾਂ ਨੇ ਬੋਲਿਆ ਉਹਦੇ ਵਿੱਚ ਵੀ ਅਸੀਂ ਨਾਲ ਦੇ ਨਾਲ ਬੜਾਵਾ ਦੇਵਾਂਗੇ ਓਕੇ ਹੁਣ ਅਗਰ ਆਪਾਂ ਗੱਲ ਕਰਦੇ ਆਂ ਐਮਪੀ ਦੀ ਕੈਪੀਟਲ ਤਾਂ ਇਹ ਹੋ ਜੇਗੀ ਭੋਪਾਲ ਸੀਐਮ ਸ਼ਿਵਰਾਜ ਸਿੰਘ ਚੋਹਾਨ ਐਂਡ ਗਵਰਨਰ ਹੈਗੇ ਆ ਮੰਗੂ ਭਾਈ ਸੀ ਪਟੇਲ ਓਕੇ ਔਰ ਦੇਖੋ ਇੱਥੇ ਨਾ ਟਰੈਡੀਸ਼ਨਲ ਮੈਡੀਸਿਨਸ ਦੇ ਲਈ ਇੱਕ ਗਲੋਬਲ ਸੈਂਟਰ ਨੂੰ ਲਗਾਉਣ ਦੇ ਲਈ ਪ੍ਰਪੋਜ਼ਲ ਦਿੱਤਾ ਗਿਆ ਹੈ ਕਿ ਇਹ ਐਮਪੀ ਦੇ ਵਿੱਚ ਲਗਾਇਆ ਜਾਏਗਾ ਠੀਕ ਹੈ ਹਾਲਿਆਂ ਦੀ ਫਾਈਨਲ ਅਪਰੂਵਲ ਨਹੀਂ ਆਈ ਹੈ ਔਰ ਇੰਡੀਆ ਜੋ ਹੈ ਦੂਸਰੇ ਨੰਬਰ ਦਾ ਲਾਰਜੈਸਟ ਪ੍ਰੋਡਿਊਸਰ ਹੈਗਾ ਆਯੂਸ਼ ਮੈਡੀਸਿਨਸ ਦਾ ਔਰ ਪਹਿਲੇ ਨੰਬਰ ਤੇ ਕਿਹੜੀ ਕੰਟਰੀ ਹੈ that is ਚਾਈਨਾ ਓਕੇ ਔਰ ਜੋ ਯੂਨੈਸਕੋ ਹੈ ਇਸਨੇ ਹੈਰੀਟੇਜ ਅਰਬਨ ਲੈਂਡਸਕੇਪ ਪ੍ਰੋਜੈਕਟ ਦੇ ਲਈ ਐਮਪੀ ਦੇਹੀ ਔਰਛਾ ਐਂਡ ਗਵਾਲੀਅਰ ਜੋ ਹੈ ਇਹਨਾਂ ਦੋਨਾਂ ਨੂੰ ਹੀ ਚੂਜ਼ ਕੀਤਾ ਹੈ ਇੱਥੇ ਆਈ ਇੱਕ ਯੁਵਾ ਸ਼ਕਤੀ ਕਰੋਨਾ ਮੁਕਤੀ અભિયાન ਠੀਕ ਹੈ ਇਸ ਦੇ ਨਾਲ ਇਹਨਾਂ ਨੇ ਜੋ ਨੌਜਵਾਨ ਹੈ ਉਹਨਾਂ ਦੀ ਹੈਲਪ ਦੇ ਨਾਲ ਕਰੋਨਾ ਨੂੰ ਸਨਪ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਇੱਕ ਹੋਰ ਕੈਂਪੇਨ ਚਲਾਇਆ ਗਿਆ ਵਾਟਰ ਕਨਜ਼ਰਵੇਸ਼ਨ ਦੇ ਲਈ ਯਾਨੀ ਕਿ ਪਾਣੀ ਦੀ ਸੰਭਾਲ ਦੇ ਲਈ ਠੀਕ ਹੈ ਇਸ ਕੈਂਪੇਨ ਦਾ ਨਾਮ ਹੋ ਜਾਏਗਾ ਜਲ ਅਭਿਸ਼ੇਕਮ ਕੈਂਪੇਨ ਜੋ ਐਮਪੀਆ ਇਸਨੇ ਨਾ ਆਪਣਾ ਰਿਲੀਜੀਅਸ ਫ੍ਰੀडम ਬਿੱਲ ਲਿਆਂਦਾ ਹੈ ਇਸ ਦੇ ਵਿੱਚ ਇਹਨਾਂ ਨੇ ਬੋਲਿਆ ਕਿ ਅਗਰ ਕੋਈ ਵੀ ਇਨਸਾਨ ਕਿਸੇ ਦੂਸਰੇ ਇਨਸਾਨ ਨੂੰ ਜ਼ਬਰਦਸਤੀ ਕਿਸੇ ਧਰਮ ਨੂੰ ਅਪਣਾਉਣ ਦੇ ਲਈ ਬੋਲਦਾ ਹੈ ਤਾਂ ਉਹਦੇ ਉੱਪਰ 25000 ਦਾ ਫਾਈਨ ਲਗਾਇਆ ਜਾਏਗਾ ਨਾਲੇ ਉਹਨੂੰ 1 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ ਇੱਥੇ ਹੀ ਲਿਆਂਦੀ ਗਈ ਰੋਜ਼ਗਾਰ ਸੇਤੂ ਯੋਜਨਾ ਠੀਕ ਹੈ ਔਰ ਇੱਥੇ ਇੱਕ ਜੀਵਨ ਸ਼ਕਤੀ ਯੋਜਨਾ ਲਿਆਂਦੀ ਗਈ ਸੀ ਜਿਸ ਦੇ ਵਿੱਚ ਮਾਸਕ ਨੂੰ ਸਿਰਫ 11 ਰੁਪਏ ਦੇ ਵਿੱਚ ਪ੍ਰੋਵਾਈਡ ਕੀਤਾ ਜਾਏਗਾ ਔਰ ਇਹ ਜੋ ਮਾਸਕ ਆ ਗਏ ਨਾ ਜੋ ਘਰ ਦੇ ਵਿੱਚ ਹੀ ਲੇਡੀਆਂ ਰਹਿੰਦੀਆਂ ਉਹਨਾਂ ਵੱਲੋਂ ਬਣਾਏ ਜਾਣਗੇ ਤਾਂ ਕਿ ਉਹਨਾਂ ਨੂੰ ਇੱਕ এমਪਲॉयਮੈਂਟ ਦਾ ਵੀ ਰਸਤਾ ਮਿਲ ਜਾਏ ਔਰ ਗਵਰਨਮੈਂਟ ਜੋ ਹੈ ਲੋਕਾਂ ਨੂੰ ਸਸਤੇ ਰੇਟ ਦੇ ਉੱਪਰ ਮਾਸਕ ਵੀ ਪ੍ਰੋਵਾਈਡ ਕਰ ਸਕੇ ওকে ਆਫਟਰ 댓 ਇੱਥੇ ਆਇਆ ਇੱਕ ਜ਼ਿਲ੍ਹਾ ਇੱਕ ਸ਼ਿਲਪ ਕੈਂਪੇਨ ওকে ਕੁਐਸ਼ਨ ਨੰਬਰ 9 ਵਿਚ ਸਟੇਟ ਗਵਰਨਮੈਂਟ ਹੈਜ਼ ਸਟਾਰਟਡ ਨਿਰਯਾਤਕ ਬਨੋ ਕੈਂਪੇਨ ਨਿਰਯਾਤਕ ਬਨੋ ਮਿਸ਼ਨ ਕਿਸ ਰਾਜ ਸਰਕਾਰ ਨੇ ਸ਼ੁਰੂ ਕੀਤਾ ਤਾਂ ਜੋ ਰਾਜਸਥਾਨ ਗਵਰਨਮੈਂਟ ਹੈ ਉਹਨੇ ਹੁਣੇ ਹੀ ਨਿਰਯਾਤਕ ਬਨੋ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਇਸ ਦਾ ਮੰਤਵ ਹੈ ਕਿ ਰਾਜਸਥਾਨ ਦੇ ਵਿੱਚ ਜਿੰਨਾ ਵੀ ਐਕਸਪੋਰਟ ਹੈ ਯਾਨੀ ਕਿ ਜਿੰਨਾ ਵੀ ਨਿਰਯਾਤ ਹੈ ਐਨੂੰ ਬੜਾਵਾ ਦਿੱਤਾ ਜਾ ਸਕੇ ਕਿਉਂਕਿ ਇੱਥੇ ਦੀ ਗਵਰਨਮੈਂਟ ਬੋਲ ਰਹੀ ਹੈ ਕਿ ਰਾਜਸਥਾਨ ਦੇ ਵਿੱਚ ਬਹੁਤ ਸਾਰੀਆਂ ਐਦਾਂ ਦੇ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਕਿ ਬਹੁਤ ਆਸਾਨੀ ਦੇ ਨਾਲ ਐਕਸਪੋਰਟ ਕੀਤਾ ਜਾ ਸਕਦਾ ਹੈ ਯਾਨੀ ਕਿ ਸਾਡੇ ਵਿੱਚ ਉਹ ਕੈਲੀਬਰ ਹੈਗਾ ਔਰ ਇਸੇ ਕਰਕੇ ਹੀ ਇੱਥੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਰਾਈਟ ਔਰ ਐਸ ਮਿਸ਼ਨ ਦੇ ਤਹਿਤ ਉਤਪਾਦਕ ਨੂੰ ਯਾਨੀ ਕਿ ਜਿਹੜਾ ਵੀ ਪ੍ਰੋਡਿਊਸਰ ਹੋਊਗਾ ਉਹਨੂੰ ਡਾਇਰੈਕਟ ਹੀ ਐਕਸਪੋਰਟ ਦੀ ਚੇਨ ਦੇ ਨਾਲ ਜੋੜ ਦਿੱਤਾ ਜਾਏਗਾ ਔਰ ਸਿਰਫ ਐਨਾ ਹੀ ਨਹੀਂ ਐਸ ਐਕਸਪੋਰਟ ਚੇਨ ਦੇ ਵਿੱਚ ਲਾਇਸੈਂਸ ਲੈਣ ਤੋਂ ਲੈ ਕੇ ਔਰ ਉਹਨਾਂ ਦੀ ਜੋ ਫਰਸਟ ਕਨਸਾਈਨਮੈਂਟ ਹੈ ਉਹਨਾਂ ਦੀ ਐਕਸਪੋਰਟ ਹੋਣ ਤੱਕ ਸਾਰੀ ਹੀ ਹੈਲਪ ਜੋ ਹੈ ਨਾ ਰਾਜਸਥਾਨ ਗਵਰਨਮੈਂਟ ਵੱਲੋਂ ਕੀਤੀ ਜਾਏਗੀ ਓਕੇ ਰਾਜਸਥਾਨ ਦੀ ਕੈਪੀਟਲ ਜੈਪੁਰ ਹੈ ਔਰ ਤੁਹਾਨੂੰ ਪਤਾ ਹੈ ਜੋ ਜੈਪੁਰ ਸਿਟੀ ਹੈ ਇਸ ਨੂੰ 2019 ਦੇ ਵਿੱਚ ਹੈਰੀਟੇਜ ਸਾਈਟ ਦੇ ਵਜੋਂ ਚੁਣਿਆ ਗਿਆ ਸੀਗਾ ਔਰ ਇੱਥੇ ਦੇ ਸੀਐਮ ਹੋ ਜਾਣਗੇ ਅਸ਼ੋਕ ਗਹਿਲੋਤ ਗਵਰਨਰ ਨੇ ਕਲਰਾਜ ਮਿਸ਼ਰਾ ਓਕੇ ਕਰੰਟ ਦੇ ਨਾਲ ਰਿਲੇਟ ਕਰੀਏ ਤਾਂ ਜੋ ਕੇਵੀਆਈਸੀ ਹੈ ਯਾਨੀ ਕਿ ਖਾਦੀ ਐਂਡ ਵਿਲੇਜ ਇੰਡਸਟਰੀ ਇਸਨੇ ਪ੍ਰੋਜੈਕਟ ਬੋਲਡ ਸ਼ੁਰੂ ਕੀਤਾ ਬੋਲਡ ਮਤਲਬ ਸਟੈਂਡਸ ਫੋਰ ਬੈਂਬੂ ਓਏਸਿਸ ਓਨ ਲੈਂਡਸ ਇਨ ਡਰਾਟ ਓਕੇ ਔਰ ਇਹ ਜੈਸਲਮੇਰ ਤੋਂ ਸਟਾਰਟ ਕੀਤਾ ਗਿਆ ਸੀ ਜੈਸਲਮੇਰ ਦੇ ਵਿੱਚ ਵੀ ਕਿਹੜਾ ਪਿੰਡ ਹੋ ਜਾਏਗਾ ਤੈਨੋਟ ਓਕੇ ਇੱਥੇ ਨਾ 1000 ਬੈਂਬੂ ਦੇ ਸੈਪਲਿੰਗਸ ਨੂੰ ਲਗਾਇਆ ਗਿਆ ਔਰ ਜੋ ਬੈਂਬੂ ਹੈ ਤੁਹਾਨੂੰ ਪਤਾ ਹੋਵੇਗਾ ਅਗਰ ਨਹੀਂ ਪਤਾ ਤਾਂ ਧਿਆਨ ਰੱਖਣਾ ਕਿ ਇਹ ਪੌਦੇ ਦੇ ਵਿੱਚ ਨਹੀਂ ਆਂਦਾ ਠੀਕ ਹੈ ਐਂਦੀ ਕੈਟਾਗਰੀ ਕਿਹੜੀ ਰੱਖੀ ਗਈ ਹੈ ਘਾਹ ਦੀ ਕੈਟਾਗਰੀ ਹੈ 올 ਰਾਈਟ ਇਸ ਤੋਂ ਬਾਅਦ ਇੱਥੇ ਆਈ ਸੀਐਮ ਚਿਰਨਜੀਵੀ ਹੈਲਥ ਇੰਸ਼ੋਰੈਂਸ ਸਕੀਮ ਔਰ ਇੱਕ ਯੁੱਧ ਅਭਿਆਸ ਨਾਮ ਦੀ ਜੋ ਐਕਸਰਸਾਈਜ਼ ਹੈ ਇਹ ਇੰਡੀਆ ਐਂਡ ਯੂਐਸਏ ਦੇ ਵਿੱਚ ਕੰਡਕਟ ਹੁੰਦੀ ਹੈ ਰਾਈਟ ਉਹ ਜੋ 2021 ਵਾਲੀ ਹੈ ਇਹਨੂੰ ਰਾਜਸਥਾਨ ਦੇ ਵਿੱਚ ਹੀ ਕੰਡਕਟ ਕੀਤਾ ਗਿਆ ਇੰਡੀਆ ਦਾ ਫਰਸਟ ਆਰਗਨ ਡੋਨਰ ਮੈਮੋਰੀਅਲ ਇਸ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਹੀ ਲਾਂਚ ਕੀਤਾ ਗਿਆ ਇੱਕ ਪੌਧਾ ਸੁਪੋਸ਼ਿਤ ਬੇਟੀ ਕੇ ਨਾਮ ਇਹ ਸਕੀਮ ਆਈ ਐਥੇ ਠੀਕ ਹੈ ਔਰ ਐਸ ਸਕੀਮ ਦੇ ਵਿੱਚ ਕੀ ਕੀਤਾ ਜਾਣਾ ਹੈ ਅਵੇਅਰ ਕੀਤਾ ਜਾਊਗਾ ਲੋਗਾ ਨੂੰ ਕਿ ਜੋ ਪ੍ਰੈਗਨੈਂਟ ਔਮਨ ਹੈ ਔਰ ਉਹਨਾਂ ਦੇ ਬੱਚੇ ਹੈ ਉਹਨਾਂ ਦੀ ਨਰਿਸ਼ਮੈਂਟ ਵੱਲ ਧਿਆਨ ਦੇਣਾ ਹੈ ਉਹਨਾਂ ਦੀ ਇੰਪੋਰਟੈਂਸ ਵੱਲ ਧਿਆਨ ਦੇਣਾ ਹੈ ਓਕੇ ਔਰ ਜੋ ਰਾਜਸਥਾਨ ਦੀ ਬੀਐਸਐਫ ਹੈ ਯਾਨੀ ਕਿ ਬਾਰਡਰ ਸਿਕਿਉਰਿਟੀ ਫੋਰਸ ਉਹਨਾਂ ਨੇ ਆਪਰੇਸ਼ਨ ਸਰਦ ਹਵਾ ਸਟਾਰਟ ਕੀਤਾ ਤਾਂ ਕਿ ਜਿਹੜੇ ਵੀ ਇੱਥੇ ਦੇ ਬਾਰਡਰ ਏਰੀਆਜ਼ ਹੈਗੇ ਆ ਉਨਾਂ ਨੂੰ ਸੁਰੱਖਿਤ ਰੱਖਿਆ ਜਾ ਸਕੇ ਕੁਐਸਚਨ ਨੰਬਰ 10 ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਉਂਸਡ ਟੂ ਐਸਟੈਬਲਿਸ਼ ਇਟਸ ਫਰਸਟ ਸਪੋਰਟਸ ਯੂਨੀਵਰਸਿਟੀ ਹਾਲ ਹੀ ਦੇ ਵਿੱਚ ਕਿਸ ਰਾਜ ਨੇ ਆਪਣਾ ਪਹਿਲਾ ਖੇਡ ਵਿਸ਼ਵਵਿਦਿਆਲਿਆ ਖੋਲਣ ਦੀ ਘੋਸ਼ਣਾ ਕੀਤੀ ਹੈ ਤਾਂ ਦੇਖੋ ਜੋ ਬਿਹਾਰ ਹੈ ਇਸ ਨੇ ਆਪਣੀ ਪਹਿਲੀ ਸਪੋਰਟਸ ਯੂਨੀਵਰਸਿਟੀ ਦਾ ਡਰਾਫਟ ਲਗਭਗ ਤਿਆਰ ਕਰ ਲਿਆ ਹੋਇਆ ਓਕੇ ਔਰ ਇਹ ਮੈਂ ਇੱਥੇ ਇੰਡੀਆ ਦੀ ਸਪੋਰਟਸ ਯੂਨੀਵਰਸਿਟੀ ਪਹਿਲੀ ਦੀ ਗੱਲ ਨਹੀਂ ਕਰ ਰਹੀ ਇੱਥੇ ਗੱਲ ਹੋ ਰਹੀ ਹੈ ਬਿਹਾਰ ਦੀ ਪਾਰਟਿਕੂਲਰ ਪਹਿਲੀ ਯੂਨੀਵਰਸਿਟੀ ਸਪੋਰਟਸ ਵਾਲੀ ਓਕੇ ਕਿਉਂਕਿ ਅਗਰ ਆਪਾਂ ਦੇਖਦੇ ਹਾਂ ਤਾਂ ਆਪਣੇ ਪੰਜਾਬ ਦੇ ਵਿੱਚ ਗੁਜਰਾਤ ਦੇ ਵਿੱਚ ਮਨੀਪੁਰ ਦੇ ਵਿੱਚ ਹੋਰ ਵੀ ਅਪਰੋਕਸੀਮੇਟਲੀ 6 7 ਇਦਾਂ ਦੀਆਂ ਸਟੇਟਸ ਨੇ ਜਿੱਥੇ ਕੀ ਪਹਿਲਾਂ ਹੀ ਸਪੋਰਟਸ ਯੂਨੀਵਰਸਿਟੀਆਂ ਹੈਗੀਆਂ ਓਕੇ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੱਸਣਾ ਹੈ ਕਿ ਜੋ ਪੰਜਾਬ ਦੀ ਸਪੋਰਟਸ ਯੂਨੀਵਰਸਿਟੀ ਹੈ ਇਹ ਕਿੱਥੇ ਹੈ ਔਰ ਇਸ ਦਾ ਨਾਮ ਕੀ ਹੈ ਓਕੇ ਔਰ ਦੇਖੋ ਬਿਹਾਰ ਦਾ ਜੋ ਰਾਜਗੀਰ ਹੈ ਇੱਥੇ ਹੀ ਇੱਕ ਸਪੋਰਟਸ ਅਕੈਡਮੀ ਔਰ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਜੋ ਹੈ ਨਾ ਇਹਨਾਂ ਦਾ ਕੰਮ ਚੱਲ ਰਿਹਾ ਹੈ ਰਾਈਟ ਇਸੇ ਕਰਕੇ ਬੋਲਿਆ ਜਾ ਰਿਹਾ ਹੈ ਇਹ اٹਕਲਾ ਲਗਾਈਆਂ ਜਾ ਰਹੀਆਂ ਕਿ ਜੋ ਸਪੋਰਟਸ ਯੂਨੀਵਰਸਿਟੀ ਹੈ ਇਸ ਨੂੰ ਵੀ ਇਹਦੇ ਨਜ਼ਦੀਕ ਹੀ ਕਿੱਥੇ ਬਣਾਇਆ ਜਾਊਗਾ ਓਕੇ ਔਰ ਇਹ ਜੋ ਯੂਨੀਵਰਸਿਟੀ ਹੈ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਡਿਪਲੋਮਾ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਦੇ ਜਿਹੜੇ ਡਿਗਰੀਜ਼ ਹੈ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਬਿਹਾਰ ਦੇ ਕੈਪੀਟਲ ਪਟਨਾ ਗਵਰਨਰ ਫਾਗੂ ਚੋਹਾਨ ਸੀਐਮ ਨਿਤਿਸ਼ ਕੁਮਾਰ ਅਗਰ ਕਰੰਟ ਦੇ ਨਾਲ ਰਿਲੇਟ ਕਰਦੇ ਆਂ ਤਾਂ ਪਹਿਲੀ ਐਡਾਂ ਦੀ ਸਟੇਟ ਹੈ ਜਿਸ ਨੇ ਕਿ ਐਕਸਨਲ ਪਾਲਿਸੀ ਨੂੰ ਇੰਪਲੀਮੈਂਟ ਕੀਤਾ ਇੱਥੇ ਦੋ ਗ੍ਰੀਨ એનર્ਜੀ ਸਿਟੀਜ਼ ਬਣਨਗੀਆਂ ਜੋ ਕਿ ਇੰਡੀਆ ਦੀਆਂ ਪਹਿਲੀਆਂ ਹੋ ਜਾਣਗੀਆਂ ਓਕੇ ਇੱਕ ਹੈ ਰਾਜਗੀਰ ਦੂਸਰੀ ਹੈ ਬੋਧਗਯਾ ਆਫਟਰ ਥੈਟ ਜੋ ਮਹਾਤਮਾ ਬੁੱਧ ਨੇ ਉਹਨਾਂ ਦੀ ਸਭ ਤੋਂ ਲੰਬੀ ਰਿਕਲਾਈਨਿੰਗ ਸਟੈਚੂ ਯਾਨੀ ਕਿ ਲੇਟੀ ਹੋਈ ਪ੍ਰਤਿਮਾ ਇਹ ਬਣਾਈ ਜਾਏਗੀ ਬੋਧਗਯਾ ਦੇ ਵਿੱਚ ਹੀ ਬਿਹਾਰ ਜੋ ਹੈ ਇੱਥੇ ਸਭ ਤੋਂ ਜ਼ਿਆਦਾ ਡੈਥ ਦੇਖਣ ਨੂੰ ਮਿਲੀਆਂ ਬਿਜਲੀ ਦੀ ਘਟਨਾ ਦੇ ਨਾਲ ਠੀਕ ਹੈ 2019 ਦੇ ਦੌਰਾਨ ਨਮਾਮੀ ਗੰਗੇ ਔਰ ਅਮਰਤ ਇਹ ਦੋਨੋਂ ਹੀ ਯੋਜਨਾਵਾਂ ਆਪਣੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਵੱਲੋਂ ਸਟਾਰਟ ਕੀਤੀਆਂ ਗਈਆਂ ਬਿਹਾਰ ਤੋਂ ਹੀ ਓਕੇ ਇੱਥੇ ਦਾ ਜੋ ਕੇਸਰੀਆ ਸਤੂਪ ਹੈ ਇਹ ਬੁੱਧਿਸਟ ਸਤੂਪ ਹੈ ਠੀਕ ਹੈ ਇਹਨਾਂ ਪਾਣੀ ਦੇ ਵਿੱਚ ਹੜ੍ਹ ਦੇ ਕਰਕੇ ਪੂਰੀ ਤਰ੍ਹਾਂ ਡੁੱਬ ਗਿਆ ਸੀ ਰਾਈਟ ਤਾਂ ਇਹ ਸੀਗੇ ਅੱਜ ਦੇ ਸਾਰੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਆਪਾਂ ਕੱਲ ਜੋ ਹੈ ਦੋ ਦਿਨ ਦੀ ਰਿਵੀਜ਼ਨ ਵੀ ਕਰਾਂਗੇ राइट ਤੇ ਅੱਜ ਦੇ ਲਈ ਇੰਨਾ ਹੀ ਅਗਰ ਤੁਹਾਨੂੰ ਸੈਸ਼ਨ ਅੱਛਾ ਲੱਗੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਲੈਣਾ ਓਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ so that ਕੀ ਡੇਲੀ ਦੇ ਜੋ ਕਰੰਟ ਅਫੇਅਰਸ ਹੈਗੇ ਆ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲਦੀ ਰਹੇ ਔਰ ਜੋ ਨਿਊ ਚੈਨਲ ਹੈ ਜਨਰਲ ਸਟੱਡੀਜ਼ ਵਾਲਾ ਉਸ ਨੂੰ ਵੀ ਜੁਆਇਨ ਕਰ ਲੈਣਾ ਇਹਦਾ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਾ ਓਕੇ ਤਾਂ ਫਿਰ ਆਪਾਂ ਮਿਲਾਂਗੇ ਕੱਲ ਦੇ ਸੈਸ਼ਨ ਦੇ ਵਿੱਚ ਮੀ ਸ਼ੈਰਨ ਸਾਈਨਿੰਗ ਆਫ ਟੇਕ ਕੇਅਰ ਕੀਪ ਸਟੱਡਿੰਗ ਬਾਏ ਬਾਏ